ਹੈਲੋ ਸਟੂਡੈਂਟ ਇੱਕ ਵਾਰ ਫਿਰ ਤੋਂ ਤੁਹਾਡਾ ਸਿੱਖਿਆ ਐਫਐਮ ਦੇ ਔਨਲਾਈਨ ਪਲੇਟਫਾਰਮ ਤੇ ਸਵਾਗਤ ਹੈ ਇਹ ਤੋਂ ਕੁਝ ਆਪਾਂ ਮਹੱਤਵਪੂਰਨ ਐਮਸੀਕਿਊ ਕਰਨ ਜਾ ਰਹੇ ਆ ਅੱਜ ਆਪਣੀ ਤੀਸਰੀ ਕਲਾਸ ਹੈ ਜਿਹਦੇ ਪੋਲਿਟੀ ਦੀ ਆਪਾਂ ਮਹੱਤਵਪੂਰਨ ਐਮਸੀਕਿਊ ਕਰਨ ਜਾ ਰਹੇ ਹਾਂ ਜਿਹੜੇ ਬੱਚੇ ਪੰਜਾਬ ਪੁਲਿਸ ਪੰਜਾਬ ਪਟਵਾਰੀ ਆਰਪੀਐਫ ਦੀ ਤਿਆਰੀ ਕਰਨਾ ਚਾਹੁੰਦੇ ਆ ਉਹ ਸਾਡੇ ਨਾਲ ਸਿੱਖਿਆ ਐਫਐਮ ਦੇ ਔਨਲਾਈਨ ਪਲੇਟਫਾਰਮ ਤੇ ਆਫਲਾਈਨ ਤੇ ਜੁੜ ਸਕਦੇ ਆ ਇਹ ਆਪਾਂ ਜੋ ਅੱਜ ਮਹੱਤਵਪੂਰਨ ਐਮਸੀਕਿਊ ਲੈ ਕੇ ਆਏ ਆ ਇਹ ਪ੍ਰੀਵियस ਐਗਜ਼ਾਮ ਕੁਐਸਚਨ ਵੀ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕੁਐਸਚਨ ਆਪਾਂ ਨੂੰ ਲਗਭਗ ਇਹੀ ਪੁੱਛੇ ਜਾਂਦੇ ਆ ਆ ਜੀ ਆਪਾਂ ਸ਼ੁਰੂ ਕਰਨੇ ਆ ਅੱਜ ਦਾ ਕਲਾਸ ਸਭ ਤੋਂ ਪਹਿਲਾਂ ਤੇ ਜਿਹੜੇ ਬੱਚੇ ਸਾਡੇ ਨਾਲ ਫਸਟ ਟਾਈਮ ਜੁੜ ਰਹੇ ਨੇ ਉਹ ਸਿੱਖਿਆ ਐਫ ਐਮ ਦੀ ਅਕੈਡਮੀ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਸਾਡੇ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਐਗਜ਼ਾਮ ਸੰਬੰਧੀ ਤੇ ਕਲਾਸ ਸੰਬੰਧੀ ਸਾਰਾ ਟਾਈਮ ਤੇ ਪਹੁੰਚਦੇ ਰਹਿਣ ਤੁਹਾਡਾ ਆਪਣਾ ਅੱਜ ਦਾ ਫਰਸਟ ਕੁਐਸਚਨ ਹੈ ਜੀ ਫਰਸਟ ਕੁਐਸਚਨ ਦੇਖੋ ਕੀ ਕਹਿ ਰਿਹਾ ਫਰਸਟ ਕੁਐਸਚਨ ਵਿੱਚ ਕਹਿ ਰਿਹਾ ਕਿ ਆਪਣੇ ਨਿੱਜੀ ਘਰਾਂ ਉੱਤੇ ਝੰਡਾ ਲਹਿਰਾਉਣ ਦੀ ਸੁਤੰਤਰਤਾ ਅਨੁਛੇਦ ਦੇ ਤਹਿਤ ਮਿਲਦੀ ਹੈ ਠੀਕ ਹੈ ਜੀ ਫਰਸਟ ਕੁਐਸਚਨ ਕਹਿ ਰਿਹਾ ਕਿ ਆਪਣੇ ਨਿੱਜੀ ਘਰਾਂ ਉੱਤੇ ਝੰਡਾ ਲਹਿਰਾਉਣ ਦੀ ਸੁਤੰਤਰਤਾ ਕਿਹੜੇ ਅਨੁਛੇਦ ਮਤਲਬ ਕਿਹੜੇ ਆਰਟੀਕਲ ਤਹਿਤ ਮਿਲਦੀ ਹੈ ਆਪਸ਼ਨ ਚੈੱਕ ਕਰੋ ਜੀ ਆਪਸ਼ਨ ਨੰਬਰ ਏ 14 ਆਰਟੀਕਲ ਨੰਬਰ 14 ਆਰਟੀਕਲ ਨੰਬਰ 19 ਏ ਆਰਟੀਕਲ ਨੰਬਰ 17 ਤੇ ਆਰਟੀਕਲ ਨੰਬਰ 16 ਠੀਕ ਹੈ ਜੀ ਰਾਈਟ ਆਨਸਰ ਕੀ ਹੈ ਜੀ ਜਲਦੀ ਜਲਦੀ ਆਨਸਰ ਕਰੋ ਤਾਂ ਇਹਦਾ ਰਾਈਟ ਆਨਸਰ ਹੈ ਜੀ ਰਾਈਟ ਆਨਸਰ ਹੈ ਆਰਟੀਕਲ ਨੰਬਰ 19 19ਏ 19ਏ ਦੇ ਤਹਿਤ ਕਿਹਾ ਜਾਂਦਾ ਵੀ ਤੁਹਾਨੂੰ ਕੁਝ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ ਭਾਰਤ ਦੇ ਸੰਵਿਧਾਨ ਨੇ ਜਿੰਦੇ ਤਹਿਤ ਆਪਾਂ ਕੁਝ ਆਪਾਂ ਨੂੰ ਕਰਦੇ ਵਿੱਚ ਆਪਣੇ ਕਰਦੇ ਵਿੱਚ ਕਿ ਝੰਡਾ ਲਹਿਰਾ ਸਕਦੇ ਹਾਂ ਝੰਡੇ ਲਹਿਰਾਉਣ ਦੀ ਸੁਤੰਤਰਤਾ ਦਿੱਤੀ ਗਈ ਹੈ ਠੀਕ ਹੈ ਜੀ ਐਸਏ 19ਏ ਦੇ ਵਿੱਚ 19 ਦੇ ਵਿੱਚ ਆਪਾਂ ਨੂੰ ਕੁਝ ਸਵਤੰਤਰਤਾਵਾਂ ਮਿਲ ਗਈਆਂ ਜਿਵੇਂ ਕਿ ਆਪਾਂ 19 ਦੀ ਗੱਲ ਕਰੀਏ 19 ਦੇ ਵਿੱਚ ਕੁਝ ਸਵਤੰਤਰਤਾਵਾਂ ਹੈ ਜਿਵੇਂ ਗੱਲ ਕਰੀ ਆਪਾਂ ਆਰਟੀਆਈ ਦੀ ਸਵਤੰਤਰਤਾ ਆਰਟੀ ਆਰਟੀਆਈ ਦੀ ਸਵਤੰਤਰਤਾ ਹੋ ਗਈ ਕਿੱਥੇ ਵੀ ਵਾਸ ਜਾਣ ਦੀ ਸਵਤੰਤਰਤਾ ਹੋ ਗਈ ਠੀਕ ਹੈ ਜੀ ਘੁੰਮਣ ਦੀ ਸਵਤੰਤਰਤਾ ਘੁੰਮਣ ਦੀ ਸਵਤੰਤਰਤਾ ਕੁਮੜ ਦੀ ਸੁਤੰਤਰਤਾ ਹੋਗੀ ਕਿੱਥੇ ਵੀ ਵਸ ਜਾਣ ਦੀ ਸੁਤੰਤਰਤਾ ਹੋਗੀ ਕਿੱਥੇ ਵੀ ਰਹਿਣ ਦੀ ਸੁਤੰਤਰਤਾ ਹੋਗੀ ਕੋਈ ਵੀ ਵਪਾਰਕ ਕਰਨ ਦੀ ਸੁਤੰਤਰਤਾ ਹੋਗੀ ਸਭਾ ਬਣਾਉਣ ਦੀ ਸੁਤੰਤਰਤਾ ਹੋਗੀ ਜਿਵੇਂ ਕਿ ਆਰਟੀਕਲ 19 19b ਦੇ ਵਿੱਚ ਆ ਜਾਂਦੇ ਜੀ ਸਭਾ ਬਣਾਉਣ ਦੀ ਸੁਤੰਤਰਤਾ ਸਭਾ ਕਰਨ ਦੀ ਸੁਤੰਤਰਤਾ ਠੀਕ ਹੈ ਜੀ ਕਰਨ ਦੀ ਸੁਤੰਤਰਤਾ ਸੁਤੰਤਰਤਾ ਹੋਗੀ ਠੀਕ ਹੈ ਮਤਲਬ ਇਦਾਂ ਦੇ ਕੁਝ ਸੁਤੰਤਰਤਾਵਾਂ ਪ੍ਰਦਾਨ ਕਰਦਾ ਜੀ ਕੌਣ ਪ੍ਰਦਾਨ ਕਰਦਾ ਆਰਟੀਕਲ ਨੰਬਰ 19 ਠੀਕ ਹੈ ਜੀ ਆਰਟੀਕਲ ਨੰਬਰ 14 ਦੀ ਗੱਲ ਕਰੀਏ ਤਾਂ 14 ਵਿੱਚ ਕਿਸ ਚੀਜ਼ ਦੀ ਚਰਚਾ ਕੀਤੀ ਗਈ ਹੈ ਚ 14 ਬੋਲ ਰਿਹਾ ਜੀ ਆਪਾਂ ਨੂੰ ਸਮਾਨਤਾ ਦਾ ਅਧਿਕਾਰ ਹੈ ਕਾਹਦਾ ਅਧਿਕਾਰ ਹੈ ਜੀ ਸਮਾਨਤਾ ਦਾ ਅਧਿਕਾਰ ਠੀਕ ਹੈ ਜੀ ਸਮਾਨਤਾ ਦਾ ਅਧਿਕਾਰ ਕਾਨੂੰਨ ਦੇ ਖੇਤਰ ਵਿੱਚ ਹਰ ਇੱਕ ਫੀਲਡ ਵਿੱਚ ਆਪਾਂ ਨੂੰ ਸਮਾਨਤਾ ਹੈ ਜੇ ਆਰਟੀਕਲ 17 ਦੀ ਗੱਲ ਕਰੀਏ ਆਪਾਂ ਆਰਟੀਕਲ 17 ਕੀ ਬੋਲ ਰਿਹਾ ਜੀ ਆਰਟੀਕਲ 17 ਬੋਲਦਾ ਜੀ ਛੂਤ ਛਾਤ ਤੋਂ ਮਨਾਈ ਛੂਆ ਛਾਤ ਤੋਂ ਮਨਾਈ ਚੂਹਾਛਾ ਤੋਂ ਮਨਾਈ ਕਿਹੜਾ ਆਰਟੀਕਲ ਪ੍ਰਦਾਨ ਕਰੇ ਆਰਟੀਕਲ ਨੰਬਰ 17 ਤੇ ਆਰਟੀਕਲ 16 ਕੀ ਕਹਿੰਦਾ ਜੀ ਆਰਟੀਕਲ 16 ਕਹਿੰਦਾ ਲੋਕ ਨਿਯੋਜਨ ਮਤਲਬ ਸਰਕਾਰੀ ਜੋਬ ਦੇ ਵਿੱਚ ਸਰਕਾਰੀ ਨੌਕਰੀਆਂ ਵਿੱਚ ਸਾਰਿਆਂ ਦੀ ਕੀ ਬਰਾਬਰ ਦੀ ਹਿੱਸੇਦਾਰੀ ਹੈ ਠੀਕ ਹੈ ਜੀ ਤੇ ਨੈਕਸਟ ਕੁਐਸਚਨ ਕਰੀਏ ਤਾਂ ਨੈਕਸਟ ਕੁਐਸਚਨ ਕੀ ਕਹਿੰਦਾ ਜੀ ਸੰਪਤੀ ਦੇ ਸੰਪਤੀ ਦੇ ਮੌਲਿਕ ਅਧਿਕਾਰ ਨੂੰ ਕਦੋਂ ਖਤਮ ਕੀਤਾ ਗਿਆ ਨੈਕਸਟ ਕੁਐਸਚਨ ਕੀ ਕਹਿ ਰਿਹਾ ਜੀ ਸੰਪਤੀ ਦਾ ਜਿਹੜਾ ਆਪਣਾ ਮੂਲਿਕ ਅਧਿਕਾਰ ਸੀ ਉਹਨੂੰ ਕਦੋਂ ਖਤਮ ਕਦੋਂ ਖਤਮ ਕੀਤਾ ਗਿਆ অপਸ਼ਨ ਨੰਬਰ 1 44ਵਾਂ ਸੰਵਿਧਾਨ ਸੋਧਨ 1978 42ਵਾਂ ਸੰਵਿਧਾਨ ਸੋਧਨ 1976 46ਵਾਂ ਸੰਵਿਧਾਨ ਸੋਧਨ 1982 ਜਾਂ ਡੀ অপਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਜਿਵੇਂ ਕਿ ਪਤਾ ਹੈ ਜੀ ਆਪਾਂ ਨੂੰ ਪਤਾ ਹੀ ਹੈ ਕਿ ਅੱਪ ਪਹਿਲਾਂ ਆਪਾਂ ਨੂੰ ਕਿੰਨੇ ਮੂਲਿਕ ਅਧਿਕਾਰ ਹੁੰਦੇ ਸੀ 7 ਹੁੰਦੇ ਸੀ ਉਹਦੇ ਵਿੱਚੋਂ ਸੰਪਤੀ ਦੇ ਮੂਲਿਕ ਅਧਿਕਾਰ ਨੂੰ ਹੁਣ ਖਤਮ ਕਰ ਦਿੱਤਾ ਗਿਆ ਕਿਹੜੇ ਸੰਵਿਧਾਨ ਸੋਧ ਰਾਹੀਂ ਖਤਮ ਕੀਤਾ ਗਿਆ ਤਾਂ ਜੀ 44ਵਾਂ ਸੰਵਿਧਾਨ ਸੋਧਨ 44ਵੇਂ ਸੰਵਿਧਾਨ ਸੋਧਨ ਰਾਹੀਂ ਆਪਣੇ ਜਿਹੜਾ 44ਵਾਂ ਸੰਵਿਧਾਨ ਸੋਧ 1978 ਦੇ ਵਿੱਚ ਹੋਇਆ ਸੀਗਾ ਐਸ ਤੇ ਕੀ ਕੀਤਾ ਗਿਆ ਆਪਣੇ ਜਿਹੜੇ 7 ਮੌਲਿਕ ਅਧਿਕਾਰ ਸੀਗੇ ਉਹਨਾਂ ਵਿੱਚੋਂ ਇੱਕ ਸੰਪਤੀ ਦੇ ਮੌਲਿਕ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਤੇ ਐਸ ਦੇ ਟਾਈਮ ਠੀਕ ਹੈ ਜੀ ਐਸ ਦੇ ਟਾਈਮ ਮੁਰਾਰ지 ਦੇਸਾਈ ਮੋਰਾਰ ਜੀ ਦੇਸਾਈ ਦੇਸਾਈ ਮੁਰਾਰ지 ਦੇਸਾਈ ਦੀ ਸਰਕਾਰ ਸੀਗੀ ਜਿਹਨਾਂ ਨੇ ਇਹ ਫੈਸਲਾ ਲਿਆ ਸੀਗਾ ਠੀਕ ਹੈ ਜੀ ਜਿਹੜਾ ਸੰਪਤੀ ਦਾ ਅਧਿਕਾਰ ਸੀਗਾ ਲੀਗਲ ਰਾਈਟ ਬਣਾ ਕੇ ਇਨੂੰ ਕਿਹੜੇ ਆਰਟੀਕਲ ਵਿੱਚ ਰੱਖ ਦਿੱਤਾ ਗਿਆ ਜੀ 300 A ਦੇ ਵਿੱਚ ਜੇ ਆਪਾਂ ਸੰਪਤੀ ਦਾ ਅਧਿਕਾਰ ਦੇਖੀਏ ਤਾਂ ਕਿੱਥੇ ਮਿਲੂਗਾ ਜੀ ਆਪਾਂ ਨੂੰ 300 A ਦੇ ਵਿੱਚ ਮਿਲੂਗਾ ਜਿੱਤੇ ਆਪਾਂ ਨੂੰ ਸੰਪਤੀ ਦਾ ਕੀ ਹੈ ਜੀ ਜਦੋਂ ਸਰਕਾਰ ਨੂੰ ਆਪਣੀ ਸੰਪਤੀ ਜ਼ਰੂਰਤ ਤੇ ਸਰਕਾਰ ਆਪਾਂ ਨੂੰ ਉਹ ਛੁਡਵਾ ਸਕਦੀ ਹੈ ਠੀਕ ਹੈ ਜੀ ਇਹ ਸੀ ਸੰਪਤੀ ਦਾ ਅਧਿਕਾਰ ਉਸ ਤੋਂ ਬਾਅਦ ਆਪਾਂ 42ਵਾਂ ਸੰਵਿਧਾਨ ਸੋਧਨ ਦੇਖੀਏ ਤਾਂ 42ਵਾਂ ਸੰਵਿਧਾਨ ਸੋਧਨ 1976 ਵਿੱਚ ਹੋਇਆ ਸੀਗਾ ਇੰਨੇ ਮੈਨੂੰ ਮਿਨੀ ਸੰਵਿਧਾਨ ਸੋਧਨ ਕਹਿ ਦਿੰਦੇ ਆ ਇਹਦੇ ਵਿੱਚ ਬਹੁਤ ਕੁਝ ਚੀਜ਼ਾਂ ਦੀ ਚੇਂਜਿੰਗ ਵੇਹਰਾ ਕੀਤੀ ਗਈ ਸੀ ਜਿਵੇਂ ਕਿ ਲੋਕ ਸਭਾ ਦਾ ਕਾਰਜਕਾਲ 6 ਸਾਲ ਸੋਭਾ ਦਾ ਕਾਰਜਕਾਲ ਕਿੰਨਾ ਕੀਤਾ ਗਿਆ ਸੀਗਾ ਤਾਂ ਜੀ 6 ਸਾਲ ਦਾ ਠੀਕ ਹੈ ਜੀ 6 ਸਾਲ ਦਾ ਕਾਰਜਕਾਲ ਕੀਤਾ ਗਿਆ ਸੀ ਕਿਉਂਕਿ ਇਹ ਉਸ ਤੋਂ ਪਹਿਲਾਂ ਆਇਆ ਸੀਗਾ ਜਦੋਂ ਫਿਰ ਇਹ 42 44ਵਾਂ ਸੰਵਿਧਾਨ ਸੋਧ 1978 ਵਿੱਚ ਹੋਇਆ ਸੀ ਨਾ ਮੁਰਾਦ ਜੀ ਦਸਕਾਈ ਨੇ ਫਿਰ ਕੀ ਕੀਤਾ ਜੀ ਲੋਕ ਸਭਾ ਦਾ ਕਾਰਜਕਾਲ ਫਿਰ ਤੋਂ ਫਿਰ 5 ਸਾਲ ਲਈ ਕਰ ਦਿੱਤਾ ਗਿਆ ਸੀਗਾ ਠੀਕ ਹੈ ਜੀ ਸਮਝ ਲੱਗ ਗਿਆ ਨੈਕਸਟ ਕਰੀਏ ਤਾਂ ਅੱਗੇ ਦੇਖੋ ਜੀ ਜਿਹੜੇ ਬੱਚੇ ਸਾਡੇ ਨਾਲ ਆਨਲਾਈਨ ਪਲੇਟਫਾਰਮ ਤੇ ਪੇਡ ਕੋਰਸ ਪਰਚੇਸ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕਰਨਾ ਪਲੇ ਸਟੋਰ ਤੇ ਜਾ ਕੇ ਸਿੱਖਿਆ ਐਫ ਐਮ ਐਪ ਨੂੰ ਡਾਊਨਲੋਡ ਕਰਨਾ ਹੈ ਲੋਕੋ ਨੂੰ ਧਿਆਨ ਨਾਲ ਦੇਖ ਕੇ ਲੋਕੋ ਨੂੰ ਧਿਆਨ ਨਾਲ ਦੇਖ ਕੇ ਜਦੋਂ ਠੀਕ ਹੈ ਜੀ ਆਫਲਾਈਨ ਇੱਥੇ ਤੁਹਾਨੂੰ ਆਫਲਾਈਨ ਆਨਲਾਈਨ ਕੋਰਸਿਸ ਪੰਜਾਬ ਪਟਵਾਰੀ ਪੰਜਾਬ ਪੁਲਿਸ ਵੀਡੀਓ ਇਨਸਪੈਕਟਰ ਪੀ ਐਸਟ 1 ਤੇ ਪੀ ਐਸਟ 2 ਦੀ ਤਿਆਰੀ ਵਗੈਰਾ ਕਰਵਾਈ ਜਾਊਗੀ ਇੱਥੇ ਤੁਹਾਨੂੰ ਆਫਲਾਈਨ ਤੇ ਆਨਲਾਈਨ ਦੋਵੇਂ ਵਿੱਚ ਅਭਿਆਸ ਵਗੈਰਾ ਅਵੇਲੇਬਲ ਮਿਲਣਗੇ ਠੀਕ ਹੈ ਜਿਹੜੇ ਬੱਚੇ ਸਾਡੇ ਨਾਲ ਆਨਲਾਈਨ ਜੁੜਨਾ ਚਾਹੁੰਦੇ ਆ ਉਹ ਸਾਡੇ ਆਨਲਾਈਨ ਕੰਟੈਕਟ ਆਨਲਾਈਨ ਕੋਰਸਿਸ ਵਗੈਰਾ ਵੀ ਖਰੀਦ ਸਕਦੇ ਆ ਤੇ 3rd ਕੁਐਸਚਨ ਦੇਖੋ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਸ਼ੇਦ ਗ੍ਰਾਮ ਪੰਚਾਇਤ ਨੂੰ ਸੰਗਠਿਤ ਕਰਦਾ ਹੈ ਮਤਲਬ ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਸ਼ੇਦ ਗ੍ਰਾਮ ਪੰਚਾਇਤ ਨੂੰ ਸੰਗਠਿਤ ਕਰਦਾ ਮਤਲਬ ਗ੍ਰਾਮ ਪੰਚਾਇਤ ਨੂੰ ਬਣਾਉਂਦਾ ਆਰਟੀਕਲ ਨੰਬਰ ਦੇਖੋ ਜੀ ਆਰਟੀਕਲ ਨੰਬਰ ਅਨੁਸ਼ੇਦ 32 ਅਨੁਸ਼ੇਦ 40 ਅਨੁਸ਼ੇਦ 46 ਅਨੁਸ਼ੇਦ 50 ਤਾਂ ਇਹਦਾ ਆਪਣਾ ਰਾਈਟ ਆਨਸਰ ਕਿਹੜਾ ਹੈ ਜੀ ਤਾਂ ਰਾਈਟ ਆਨਸਰ ਹੈ ਜੀ ਆਰਟੀਕਲ ਨੰਬਰ অপਸ਼ਨ ਨੰਬਰ B ਆਰਟੀਕਲ ਨੰਬਰ 40 ਆਰਟੀਕਲ ਨੰਬਰ 40 ਦੇ ਦੁਆਰਾ ਠੀਕ ਹੈ ਜੀ ਆਰਟੀਕਲ ਨੰਬਰ 40 ਦੇ ਵਿੱਚ ਡੀ ਪੀਐਸਪੀ ਭਾਗ ਨੰਬਰ D P S P ਡੀ ਪੀਐਸਪੀ ਵਿੱਚ ਕਿਹਨੂੰ ਰੱਖਿਆ ਗਿਆ ਪੰਚਾਇਤਾਂ ਨੂੰ ਸੰਗਠਨ ਕੀਤਾ ਗਿਆ ਸੀਗਾ ਠੀਕ ਹੈ ਜੀ ਪੰਚਾਇਤਾਂ ਦਾ ਜੇ ਤੁਹਾਨੂੰ ਮੂਲ ਆਰਟੀਕਲ ਪੁੱਛ ਲਈ ਤਾਂ ਮੂਲ ਆਰਟੀਕਲ ਕਿਹਾ ਜੀ ਮੂਲ ਆਰਟੀਕਲ 40 ਠੀਕ ਹੈ ਜੀ ਪੰਚਾਇਤਾਂ ਦਾ 73ਵਾਂ ਸੰਵਿਧਾਨ ਸੋਧਨ ਹੋਇਆ ਸੀਗਾ ਜੀ ਕਦੋਂ ਹੋਇਆ ਸੀਗਾ 73ਵਾਂ ਸੰਵਿਧਾਨ ਸੋਸ਼ੋਧਨ ਕਦੋਂ ਹੋਇਆ ਸੀਗਾ 73ਵਾਂ ਸੰਵਿਧਾਨ ਸੋਧਨ 1992 ਵਿੱਚ ਠੀਕ ਹੈ ਜੀ 1992 73ਵਾਂ ਸੰਵਿਧਾਨ ਸੋਧਨ ਕਰਕੇ ਪੰਚਾਇਤਾਂ ਨੂੰ ਕਪਲਸਰੀ ਕਰ ਦਿੱਤਾ ਗਿਆ ਸੀ ਤਾਂ ਪੰਚਾਇਤਾਂ ਨੂੰ ਫਿਰ ਕਿਹੜੇ ਆਰਟੀਕਲ ਵਿੱਚ ਰੱਖਿਆ ਗਿਆ ਤਾਂ ਆਰਟੀਕਲ ਨੰਬਰ 243A ਦੇ ਵਿੱਚ ਆ ਜਿਹੜਾ ਪੰਚਾਇਤਾਂ ਨੂੰ ਰੱਖਿਆ ਗਿਆ ਹੈ ਠੀਕ ਹੈ ਜੀ ਜੇ ਤੁਹਾਡੇ ਤੋਂ ਕਮੇਟੀ ਪੁੱਛ ਲਈ ਜਾਵੇ ਕਿਹੜੀ ਕਮੇਟੀ ਬਣਾਈ ਗਈ ਸੀਗੀ ਤਾਂ ਬਲਵੰਤ رائے ਮਹਿਤਾ ਬਲਵੰਤ رائے ਮਹਿਤਾ ਸੁਮਿਤੀ ਸੁਮਿਤੀ ਬਣਾਈ ਗਈ ਸੀਗੀ ਜੀ 1900 1957 ਵਿੱਚ 1957 ਦੇ ਤਹਿਤ ਪਹਿਲੀ ਵਾਰ ਪੰਚਾਇਤਾਂ ਦਾ ਨਿਰਮਾਣ ਕੀਤਾ ਗਿਆ ਤੇ ਬਲਵੰਤ ਰਾਏ ਮਹਿਤਾ ਦੀ ਕਮੇਟੀ ਦੇ ਅਨੁਸਾਰ ਪੰਚਾਇਤਾਂ ਕਿੰਨੇ ਪਦਰੀਆ ਹੋਣਗੀਆਂ ਜੀ ਤਿੰਨ ਪਦਰੀ ਪਿੰਡਾਂ ਵਿੱਚ ಗ್ರಾಮ ਪੰਚਾਇਤ ਹੋਗੀ ਸ਼ਹਿਰਾਂ ਵਿੱਚ ਬਲਾਕਸ ਫਿਰ ਆਉਣਗੀਆਂ ਬਲਾਕ ਸਮਿਤੀਆਂ ਫਿਰ ਆਊਗੀ ਜੀ ਨਗਰਪਾਲਿਕਾ ਜਾਂ ਜ਼ਿਲ੍ਹਾ ਪ੍ਰੀਸ਼ਦ ਕਹਿ ਦਿੰਨੇ ਆਪਾਂ ਜ਼ਿਲ੍ਹਾ ਪ੍ਰੀਸ਼ਦ ਵਗੈਰਾ ਹੋ ਗਈਏ ਤਿੰਨ ਜਿਹੜੀਆਂ ਪੰਚਾਇਤਾਂ ਦਾ ਨਿਰਮਾਣ ਕੀਤਾ ਗਿਆ ਸੀਗਾ ਤੇ ਆਰਟੀਕਲ ਆਪਾਂ ਜੇ 32 ਦੀ ਗੱਲ ਕਰੀਏ ਤਾਂ ਆਰਟੀਕਲ 32 ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਬੋਲ ਰਿਹਾ ਜੀ ਸੰਵਿਧਾਨਿਕ ਉਪਚਾਰ ਉਪਚਾਰ ਦਾ ਅਧਿਕਾਰ ਸੰਵਿਧਾਨਿਕ ਉਪਚਾਰ ਦਾ ਅਧਿਕਾਰ ਕਿਹੜਾ ਕਿਹੜਾ ਆਰਟੀਕਲ ਨੰਬਰ 32 ਤੇ ਆਰਟੀਕਲ 50 ਦੀ ਗੱਲ ਕਰੀਏ ਤਾਂ ਆਰਟੀਕਲ 50 ਕਹਿੰਦਾ ਜੀ ਜਿਹੜੀ ਨ્યાਯਪਾਲਿਕਾ ਤੇ ਕਾਰਜਪਾਲਿਕਾ ਨੂੰ ਅਲੱਗ-ਅਲੱਗ ਕਰਨਾ ਹੈ ਠੀਕ ਹੈ ਜੀ ਆਰਟੀਕਲ 50 ਕੀ ਕਹ ਰਿਹਾ ਜੇ ਨ્યાਯਪਾਲਿਕਾ ਤੇ ਕਾਰਜਪਾਲਿਕਾ ਨੂੰ ਕੀ ਕਰਨਾ ਜੀ ਅਲੱਗ-ਅਲੱਗ ਕਰਨਾ ਹੈ ਨੈਕਸਟ ਕੁਐਸਚਨ ਦੇਖੋ ਜੀ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਕੀ ਬੋਰ ਹੈ ਜੀ ਭਾਰਤ ਦਾ ਪ੍ਰਧਾਨ ਮੰਤਰੀ ਕਿਸ ਦੇ ਪ੍ਰਤੀ ਜਵਾਬਦੇਹ ਹੁੰਦਾ ਹੈ ਭਾਰਤ ਦਾ ਪ੍ਰਧਾਨ ਮੰਤਰੀ ਕਿਸ ਦੇ ਪ੍ਰਤੀ ਜਵਾਬਦੇਹ ਹੁੰਦਾ ਹੈ অপਸ਼ਨ ਨੰਬਰ ਚੈੱਕ ਕਰੋ ਜੀ ਮੰਤਰੀ ਮੰਡਲ অপਸ਼ਨ ਨੰਬਰ ਬੀ ਰਾਸ਼ਟਰਪਤੀ অপਸ਼ਨ ਨੰਬਰ ਸੀ ਲੋਕ ਸਭਾ অপਸ਼ਨ ਨੰਬਰ ਡੀ ਰਾਜ ਸਭਾ ਤਾਂ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਜੋ ਆਪ ਦਾ ਜਵਾਬ ਕਿਹਦੇ ਅੱਗੇ ਰੱਖੂਗਾ ਜੀ ਤਾਂ ਜਵਾਬਦੇਹ ਹੁੰਦਾ ਜੀ ਲੋਕ ਸਭਾ ਵਾਸਤੇ ਠੀਕ ਹੈ ਜੀ ਪ੍ਰਧਾਨ ਮੰਤਰੀ ਕਿਹਦੇ ਪ੍ਰਤੀ ਜਵਾਬਦੇਹ ਹੁੰਦਾ ਹੈ ਤਾਂ ਲੋਕ ਸਭਾ ਤਾਂ ਪ੍ਰਧਾਨ ਮੰਤਰੀ ਜੋ ਵੀ ਆਪਦੇ ਜਵਾਬ ਵਗੈਰਾ ਰੱਖਣਗੇ ਕਿੱਥੇ ਰੱਖਣਗੇ ਲੋਕ ਸਭਾ ਦੇ ਵਿੱਚ ਮੰਤਰੀ ਮੰਡਲ ਹੀ ਪ੍ਰਧਾਨ ਮੰਤਰੀ ਦਾ ਦੀਨ ਹੁੰਦਾ ਹੈ ਠੀਕ ਹੈ ਜੀ ਪਤਾ ਲੱਗ ਗਿਆ ਨੈਕਸਟ ਕੁਐਸਚਨ ਦੇਖੋ ਜੀ ਤਾਂ ਨੈਕਸਟ ਕੁਐਸਚਨ ਹੈ ਜੀ ਰਾਸ਼ਟਰਪਤੀ ਦਾ ਮੂਲ ਅਨੁਛੇਦ ਕਿਹੜਾ ਹੈ ਭਾਰਤ ਦੇ ਰਾਸ਼ਟਰਪਤੀ ਦਾ ਮੂਲ ਆਰਟੀਕਲ ਕਿਹੜਾ ਹੈ 옵ਸ਼ਨ ਨੰਬਰ ਚੈੱਕ ਕਰੋ ਜੀ 옵ਸ਼ਨ ਨੰਬਰ A 51 B 52 C 53 ਤੇ D 54 ਤਾਂ ਇਹਦਾ ਆਪਣਾ ਰਾਈਟ ਆਨਸਰ ਕਿਹੜਾ ਹੈ ਜੀ ਤਾਂ ਰਾਈਟ ਆਨਸਰ ਹੈ ਜੀ 옵ਸ਼ਨ ਨੰਬਰ B B ਦੇ ਵਿੱਚ ਕੀ ਹੈ ਜੀ ਰਾਸ਼ਟਰਪਤੀ ਦੇ ਬਾਰੇ ਚਰਚਾ ਕੀਤੀ ਗਈ ਹੈ ਕੀ ਪਰਦਾ ਇੱਕ ਰਾਸ਼ਟਰਪਤੀ ਹੋਗਾ ਆਪ ਨੂੰ ਪਤਾ ਹੈ ਕਿ ਪਰਦਾ ਸਭ ਤੋਂ ਫਰਸਟ ਨਾਗਰਿਕ ਕੌਣ ਹੁੰਦਾ ਹੈ ਰਾਸ਼ਟਰਪਤੀ ਤਾਂ ਰਾਸ਼ਟਰਪਤੀ ਦਾ ਆਰਟੀਕਲ ਦੇ ਪੁੱਛ ਲਈ ਕਿ ਕਿਹੜੇ ਦੇਸ਼ ਤੋਂ ਲਿਆ ਗਿਆ ਤਾਂ ਇਹ ਲਿਆ ਗਿਆ ਜੀ ਯੂਕੇ ਤੋਂ ਕਿਹੜੇ ਦੇਸ਼ ਤੋਂ ਲਿਆ ਗਿਆ ਜੀ ਯੂਕੇ ਬ੍ਰਿਟੇਨ ਇੰਗਲੈਂਡ ਲਿਆ ਗਿਆ ਇਹਨਾਂ ਤੋਂ ਠੀਕ ਹੈ ਜੀ ਪਰਦਾ ਕੀ ਹੋਗਾ ਫਰਸਟ ਨਾਗਰਿਕ ਹੋਗਾ ਤੇ ਆਰਟੀਕਲ 53 ਦੀ ਗੱਲ ਕਰੀਏ 53 ਵਿੱਚ ਕੀ ਹੈ ਜੀ ਤਾਂ ਕਾਰਜਪਾਲਿਕਾ ਦੀਆਂ ਸ਼ਕਤੀਆਂ ਜੀ ਕਾਰਜ ਪਾਲਿਕਾ ਦੀਆਂ ਸ਼ਕਤੀਆਂ ਕਾਰਜਪਾਲਿਕਾ ਦੀ ਸ਼ਕਤੀਆਂ ਠੀਕ ਹੈ ਕਾਰਜਪਾਲਿਕਾ ਦੀ ਸ਼ਕਤੀਆਂ ਆ ਰਾਸ਼ਟਰਪਤੀ ਦੀ ਆ ਕਾਰਜਪਾਲਿਕਾ ਸ਼ਕਤੀਆਂ ਆਰਟੀਕਲ 53 ਕੀ ਉਹ ਰਾਸ਼ਟਰਪਤੀ ਦੀ ਕਾਰਜਪਾਲਿਕਾ ਦੀਆਂ ਸ਼ਕਤੀਆਂ ਵੈਸੇ ਕਾਰਜਪਾਲਿਕਾ ਦਾ ਵਾਸਤਵਿਕ ਪ੍ਰਧਾਨ ਹੁੰਦਾ ਜੀ ਪ੍ਰਧਾਨ ਮੰਤਰੀ ਜਿਹੜੀ ਐਗਜ਼ੀਕਿਊਟਿਵ ਹੁੰਦੀ ਹੈ ਉਹ ਸਾਰੀ ਕਿਹਦੇ ਅੰਦਰ ਆਉਂਦੀ ਹੈ ਪ੍ਰਧਾਨ ਮੰਤਰੀ ਦੇ ਲੇਕਿਨ ਉਪਚਾਰਿਕ ਪ੍ਰਧਾਨ ਕੌਣ ਆ ਉਪਚਾਰਿਕ ਪ੍ਰਧਾਨ ਹੁੰਦਾ ਜੀ ਰਾਸ਼ਟਰਪਤੀ ਠੀਕ ਹੈ ਜੀ ਜੇ ਕੋਈ ਜੀ ਕਾਰਜਪਾਲਿਕਾ ਕਿਵੇਂ ਮੰਨ ਕੇ ਚਲੋਗੇ ਗਵਰਨਰ ਹੈ ਕਿਸੇ ਸਟੇਟ ਦਾ ਜੇ ਉਹਦੀ ਬਦਲੀ ਕਰਾਉਣੀ ਹੈ ਟਰਾਂਸਫਰ ਕਰਾਉਣਾ ਤਾਂ ਕੌਣ ਕਰਵਾਊਗਾ ਜੀ ਪ੍ਰਧਾਨ ਮੰਤਰੀ ਕਹਿਣਗੇ ਕਰੂਗਾ ਕੌਣ ਰਾਸ਼ਟਰਪਤੀ ਠੀਕ ਹੈ ਜੀ ਪ੍ਰਧਾਨ ਮੰਤਰੀ ਕਹਿਣ ਉੱਤੇ ਰਾਸ਼ਟਰਪਤੀ ਕਰਨਾ ਹੈ ਜੇ ਕਿਸੇ ਮੰਤਰੀ ਦਾ ਕਿਸੇ ਮੰਤਰੀ ਨੂੰ ਮੰਤਰੀ ਪਰਿਸ਼ਦ ਤੋਂ ਬਾਹਰ ਕੱਢਣਾ ਹੈ ਜਾਂ ਕੈਬਨਿਟ ਮੰਤਰੀ ਤੋਂ ਬਾਹਰ ਹਟਾਉਣਾ ਹੈ ਤਾਂ ਕੌਣ ਹਟਾਉਂਦਾ ਹੈ ਜੀ ਰਾਸ਼ਟਰਪਤੀ ਕਿਹਦੀ ਸਲਾਹ ਨਾਲ ਪ੍ਰਧਾਨ ਮੰਤਰੀ ਸਲਾਹ ਨਾਲ ਮਨ ਕੇ ਤੋਂ ਸਾਰਾ ਕੰਮ ਦੀ ਸ਼ਕਤੀਆਂ ਤਾਂ ਪ੍ਰਧਾਨ ਮੰਤਰੀ ਕੋਲ ਹੁੰਦਾ ਹੈ ਲੇਕਿਨ ਰਾਸ਼ਟਰਪਤੀ ਬਿਨਾ ਪਰਮਿਸ਼ਨ ਪੁੱਛੇ ਰਾਸ਼ਟਰਪਤੀ ਸਲਾਹ ਤੋਂ ਬਿਨਾ ਮਤਲਬ ਰਾਸ਼ਟਰਪਤੀ ਕੇ ਹੀ ਤੋਂ ਬਿਨਾ ਉਹ ਕਿਸੇ ਨੂੰ ਚੇਂਜ ਵਗੈਰਾ ਨਹੀਂ ਕਰ ਸਕਦੇ ਜੋ ਵੀ ਕਾਰਨ ਕਰਨ ਕਰਨਾ ਰਾਸ਼ਟਰਪਤੀ ਕਿਸੇ ਨੂੰ ਚੇਂਜ ਕਰ ਸਕਦੇ ਆ ਠੀਕ ਹੈ ਜੀ ਆਰਟੀਕਲ 54 54 ਵਿੱਚ ਕੀ ਹੈ ਜੀ ਰਾਸ਼ਟਰਪਤੀ ਦੀ ਚੋਣ ਹੈ ਜੀ ਰਾਸ਼ਟਰਪਤੀ ਦੀ ਚੋਣ ਆਰਟੀਕਲ ਨੰਬਰ 54 ਵਿੱਚ ਕੀ ਹੈ ਜੀ ਰਾਸ਼ਟਰਪਤੀ ਦੀ ਚੋਣ ਜਿਵੇਂ ਆਪਾਂ ਨੂੰ ਪਤਾ ਵੀ ਰਾਸ਼ਟਰਪਤੀ ਚੋਣ ਕਿਵੇਂ ਹੁੰਦੀ ਹੈ ਇਕਲ ਸਕਰਮਣੀ ਅਨੁਪਾਤਿਕ ਪ੍ਰਣਾਲੀ ਇਕਲ ਸਕਰਮਣੀ ਅਨੁਪਾਤਿਕ ਪ੍ਰਣਾਲੀ ਚੋਣ ਹੁੰਦੀ ਹੈ ਜਿਹਦੇ ਵਿੱਚ ਕੌਣ-ਕੌਣ ਪਾਗ ਲੈਂਦੀ ਹੈ ਜੀ ਇਹਦੇ ਵਿੱਚ ਪਾਗ ਲੈਂਦਾ ਜੀ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾ ਵਿਧਾਨ ਸਭਾ ਠੀਕ ਹੈ ਜੀ ਰਾਸ਼ਟਰਪਤੀ ਜਿਹੜੀ ਚੋਣ ਹੋਣਗੇ ਉਹਦੇ ਵਿੱਚ ਲੋਕ ਸਭਾ ਪਾਗਲ ਹੋਗੀ ਰਾਜ ਸਭਾ ਪਾਗਲ ਹੋ ਤੇ ਵਿਧਾਨ ਸਭਾ ਵਿਧਾਨ ਸਭਾ ਵਰਤਮਾਨ ਵਿੱਚ ਭਾਰਤ ਵਿੱਚ 28 ਸਟੇਟਾਂ ਆਉਣੀਆਂ ਕਿੰਨੀਆਂ ਸਟੇਟਾਂ ਵਿੱਚ ਵਿਧਾਨ ਸਭਾ ਹੈ ਜੀ ਜੇ ਸਟੇਟ ਪੁੱਛ ਲਿਆ ਕਿੰਨੀਆਂ ਸਟੇਟਾਂ ਵਿੱਚ ਵਿਧਾਨ ਸਭਾ ਤਾਂ 28 ਸਟੇਟ ਇਹਦੇ ਵਿੱਚ ਪਾਰਟਿਸਪੇਟ ਕਰਨ ਗਿਆ ਤੇ ਯੂਟੀ ਕਿੰਨੀਆਂ ਜੀ ਯੂਟੀ ਹੈ ਤਿੰਨ ਠੀਕ ਹੈ ਜੀ ਤਿੰਨ ਯੂਟੀ ਇਹਦੇ ਵਿੱਚ ਪਾਰਟਿਸਪੇਟ ਕਰਨੀਆਂ ਇਲੈਕਸ਼ਨ ਦੇ ਵਿੱਚ ਠੀਕ ਹੈ ਜਿਵੇਂ ਦਿੱਲੀ ਹੋ ਗਿਆ ਦਿੱਲੀ ਵਿੱਚ ਵਿਧਾਨ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਪਾਗ ਲੋਗੀ ਉੱਡੂ ਚੇਰੀ ਵਿਧਾਨ ਸਭਾ ਪਾਗ ਲੋਗੀ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਪਾਗ ਲੋਗੀ ਵਰਤਮਾਨ ਵਿੱਚ ਜੰਮੂ ਕਸ਼ਮੀਰ ਵਿੱਚ ਜੇ ਵਿਧਾਨ ਸਭਾ ਦੇ ਇਲੈਕਸ਼ਨ ਨਹੀਂ ਹੋਏ ਜਦੋਂ ਵੀ ਉੱਥੇ ਇਲੈਕਸ਼ਨ ਹੋਣਗੇ ਤਾਂ ਰਾਸ਼ਟਰਪਤੀ ਜੋ ਵੀ ਅੱਗੇ ਚੋਣਵਗੇ ਹਨ ਹੋਣਗੇ ਵਿੱਚ ਪਾਰਟਿਸਪੇਟ ਕਰਨਗੇ ਇੱਕ ਚੀਜ਼ ਯਾਦ ਰੱਖਣਾ ਵੀ ਦੋ ਐਂਗਲੋ ਇੰਡੀਅਨ ਜੋ ਰਾਸ਼ਟਰਪਤੀ ਮਨੋਨੀਤ ਕਰਦਾ ਲੋਕ ਸਭਾ ਵਿੱਚ ਉਹ ਪਾਰਟਿਸਪੇਟ ਨਹੀਂ ਕਰਨਗੇ ਤੇ 12 ਰਾਜ ਸਭਾ ਵਿੱਚ ਜੋ ਰਾਸ਼ਟਰਪਤੀ ਮਨੋਨੀਤ ਕਰਦਾ 12 ਵਿਅਕਤੀ ਇਹਨਾਂ ਵਿੱਚ ਪਾਰਟਿਸਪੇਟ ਨਹੀਂ ਕਰਨਗੇ ਤੇ ਇੱਕ ਚੀਜ਼ ਮੇਨ ਦੀ ਗੱਲ ਕੀ ਆ ਜਿਹੜੀ ਵਿਧਾਨ ਪ੍ਰੀਸ਼ਦ ਹੁੰਦੀ ਹੈ ਸਟੇਟਾਂ ਵਿੱਚ ਸਟੇਟਾਂ ਵਿੱਚ ਜਿਹੜੀ ਵਿਧਾਨ ਪ੍ਰੀਸ਼ਦ ਹੁੰਦੀ ਹੈ ਉਹ ਲਾਸਟ ਪ੍ਰਧਾਨ ਚੋਣਾਂ ਵਿੱਚ ਹਿੱਸਾ ਨਹੀਂ ਲੈਂਦੀ ਜੀ ਯਾਦ ਰੱਖਣਾ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਹੈ ਵੀ ਕੀ ਵਿਧਾਨ ਪ੍ਰੀਸ਼ਦ ਰਾਸ਼ਟਰਪਤੀ ਚੋਣਾਂ ਵਿੱਚ ਪਾਗ ਲੈਂਦੀ ਹੈ ਤਾਂ ਨਹੀਂ ਲੈਂਦੀ ਵਿਧਾਨ ਪ੍ਰੀਸ਼ਦ ਦਾ ਮੂਲ ਆਰਟੀਕਲ ਕਿੰਨਾ ਹੈ 171 ਠੀਕ ਹੈ ਜੀ ਕਿਹੜਾ ਆਰਟੀਕਲ 171 ਜੇ ਕਿੰਨੇ ਸਟੇਟਾਂ ਵਿੱਚ ਵਿਧਾਨ ਪ੍ਰੀਸ਼ਦ ਹੈ ਤਾਂ ਵਰਤਮਾਨ ਵਿੱਚ 6 ਸਟੇਟਾਂ ਵਿੱਚ ਆਪਾਂ ਨੂੰ ਵਿਧਾਨ ਪ੍ਰੀਸ਼ਦ ਦੇਖਣ ਨੂੰ ਮਿਲਦੀ ਹੈ ਸਮਝ ਲੱਗ ਗਿਆ ਜੀ ਨੈਕਸਟ ਕੁਐਸਚਨ ਦੇਖੋ ਭਾਰਤੀ ਸੰਸਦ ਦਾ ਜ਼ਿਕਰ ਭਾਰਤੀ ਸੰਸਦ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਮਿਲਦਾ ਹੈ ਭਾਰਤੀ ਸੰਸਦ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਹੈ ਜਾਂ ਕਿਸ ਅਨੁਛੇਦ ਵਿੱਚ ਹੈ ਅਨੁਛੇਦ ਨੰਬਰ 80 ਅਨੁਛੇਦ ਨੰਬਰ 81 ਅਨੁਛੇਦ ਨੰਬਰ 79 ਤੇ ਅਨੁਛੇਦ ਨੰਬਰ 82 ਤਾਂ ਆਪਣਾ ਇਹਦਾ ਰਾਈਟ ਆਨਸਰ ਕਿਹੜਾ ਜੀ ਤਾਂ ਰਾਈਟ ਆਨਸਰ ਹੈ ਜੀ ਆਰਟੀਕਲ ਨੰਬਰ 79 ਅਨੁਛੇਦ ਨੰਬਰ 79 ਦੇ ਵਿੱਚ ਆਪਾਂ ਨੂੰ ਜਿਹੜੀ ਚਰਚਾ ਕੀਤੀ ਗਈ ਹੈ ਕਾਦੀ ਭਾਰਤੀ ਸੰਸਦ ਪ੍ਰਣਾਲੀ ਦੀ ਭਾਰਤੀ ਸੰਸਦ ਪ੍ਰਣਾਲੀ ਦੀ ਠੀਕ ਹੈ ਜੀ ਤੇ ਆਰਟੀਕਲ 80 ਦੀ ਗੱਲ ਕਰੀਏ ਤਾਂ 80 ਵਿੱਚ ਕੀ ਹੈ ਜੀ ਰਾਜ ਸਭਾ ਰਾਜ ਸਭਾ ਤੇ 81 ਵਿੱਚ ਕੀ ਹੈ ਜੀ ਲੋਕ ਸਭਾ ਦੇਖੋ ਇਹਦੀ ਇੱਕ ਟ੍ਰਿਕ ਹੈਗੀ ਹੈ ਟ੍ਰਿਕ ਕੀ ਹੈ ਜੀ ਤੁਸੀਂ ਸਰਲ ਲਿਖ ਲੈਣਾ ਸਰਲ ਸਰਲ ਠੀਕ ਹੈ ਜੀ ਸਸੇ ਦਾ ਮੈਂ ਤਾਂ ਸੰਸਦ ਠੀਕ ਹੈ ਸੰਸਦ ਆਰਟੀਕਲ ਆ ਗਿਆ 79 ਠੀਕ ਹੈ ਜੀ ਰਾਜ ਦੇ ਮਤਲਬ ਰਾਜ ਸਭਾ ਰਾਜ ਸਭਾ ਰਾਜ ਦੇ ਮਤਲਬ ਰਾਜ ਸਭਾ ਤੇ ਰਾਜ ਸਭਾ ਦਾ ਆਰਟੀਕਲ ਆ ਗਿਆ ਜੀ 80 ਤੇ ਲੱਲੇ ਤੇ ਆ ਗਿਆ ਜੀ ਲੋਕ ਸਭਾ ਲੋਕ ਸਭਾ ਤੇ ਲੋਕ ਸਭਾ ਦਾ ਆਰਟੀਕਲ ਆ ਗਿਆ ਜੀ 81 81 ਠੀਕ ਹੈ ਜੀ ਇਹ 인 ਦੀ ਟ੍ਰਿਕ ਹੈ ਜੀ ਸਰਲ ਤਾਂ ਤੁਹਾਨੂੰ ਸੀਕੁਐਂਸ ਵਾਈਜ਼ ਯਾਦ ਰਹਿ ਜਾਊਗਾ ਸਸ ਦੇ ਮਤਲਬ ਸੰਸਦ ਰਾਜ ਸਭਾ ਤੇ ਲੋਕ ਸਭਾ ਠੀਕ ਹੈ ਜੀ ਪਤਾ ਲੱਗ ਗਿਆ ਭਾਰਤੀ ਸੰਸਦ ਦਾ ਮੂਲ ਆਰਟੀਕਲ ਕਰਾ ਜੀ 79 ਨੈਕਸਟ ਕੁਸਚਨ ਦੇਖੋ ਜੀ ਅਗਲਾ ਕੁਸਚਨ ਲੋਕ ਸਭਾ ਦੇ ਮੈਂਬਰ ਬਣ ਲਈ ਘਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਤਾਂ ਲੋਕ ਸਭਾ ਦੇ ਮੈਂਬਰ ਬਣ ਲਈ ਘਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਹੁਣ ਜਿਵੇਂ ਆਪਾਂ ਨੂੰ ਪਤਾ ਹੈ ਕਿ ਵਰਤਮਾਨ 2024 ਦੇ ਵਿੱਚ ਹੁਣੇ ਹੁਣੇ ਫਰੈਸ਼ ਲੋਕ ਸਭਾ ਦੇ ਇਲੈਕਸ਼ਨ ਹੋਏ ਆ ਠੀਕ ਹੈ ਜੀ ਕਿੰਨੇ ਵੀ ਇਲੈਕਸ਼ਨ ਹੋਏ ਆ ਜੀ ਤੇ 18ਵੀਂ ਲੋਕ ਸਭਾ ਦੇ ਹੋਏ ਆ ਕਿੰਨੇ ਵਾਰ ਹੋਏ ਆ ਜੀ 18ਵੇਂ ਇਲੈਕਸ਼ਨ ਹੋਇਆ ਲੋਕ ਸਭਾ ਦੇ ਤੇ ਇਹਦੇ ਵਿੱਚ ਜਿਹੜੇ ਕੈਂਡੀਡੇਟ ਲੋਕ ਸਭਾ ਦੇ ਐਮਪੀ ਵਗੈਰਾ ਬਣੇ ਆ ਉਹਨਾਂ ਨੂੰ ਨਿਯੰਤਮ ਉਮਰ ਪੁੱਛੀ ਵੀ ਨਿਯੰਤਮ ਉਮਰ ਕਿੰਨੀ ਹੋਣੀ ਚਾਹੀਦੀ ਹੈ ਤਾਂ ਆਪਸ਼ਨਾਂ ਚੈੱਕ ਕਰੋ ਜੀ 25 ਸਾਲ 35 ਸਾਲ ਆਪਸ਼ਨ ਸੀ 30 ਸਾਲ ਆਪਸ਼ਨ ਡੀ 21 ਸਾਲ ਤੇ ਆਪਣਾ ਇਹਦਾ ਰਾਈਟ ਆਨਸਰ ਹੈ ਜੀ ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਉਮਰ ਕਿੰਨੀ ਹੋਣੀ ਚਾਹੀਦੀ ਹੈ ਤਾਂ ਉਮਰ ਹੋਣੀ ਚਾਹੀਦੀ ਹੈ ਜੀ 25 ਸਾਲ ਜਿਹੜਾ ਵੀ ਲੋਕ ਸਭਾ ਦਾ ਮੈਂਬਰ ਬਣੂਗਾ ਲੋਕ ਸਭਾ ਦਾ ਮੈਂਬਰ ਬਣੂਗਾ ਉਹਨ ਦੀ ਉਮਰ ਕਿਰ ਕਟੋਕਾਟ ਕਿੰਨੀ ਹੋਣੀ ਚਾਹੀਦੀ ਹੈ ਜੀ 25 ਸਾਲ ਤੋਂ ਹੋਣੀ ਚਾਹੀਦੀ ਹੈ ਠੀਕ ਹੈ ਜੀ ਲੋਕ ਸਭਾ ਦਾ ਮੈਂਬਰ ਬਣਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ 25 ਸਾਲ ਜੇ 35 ਸਾਲ ਪੁੱਛ ਲਿਆਵੇ ਫਿਰ 35 ਸਾਲ ਕਿਸ ਦੀ ਹੋਣੀ ਚਾਹੀਦੀ ਆ ਤਾਂ ਪਰਦੇ ਰਾਸ਼ਟਰਪਤੀ ਦੀ ਉਮਰ ਜਿਹੜਾ ਰਾਸ਼ਟਰਪਤੀ ਦੇ ਅਹੁਦੇ ਤੇ ਖੜਾ ਹੁੰਦਾ ਵਿਅਕਤੀ ਉਹਨ ਦੀ ਉਮਰ ਹੋਣੀ ਚਾਹੀਦੀ ਹੈ ਦੀ 35 ਸਾਲ ਦੀ ਠੀਕ ਹੈ ਜੀ ਜੇ ਤੁਹਾਨੂੰ ਪੁੱਛ ਲਿਆ ਵੀ 30 ਸਾਲ ਉਮਰ ਤਾਂ 30 ਸਾਲ ਹੁੰਦੀ ਹੈ ਜੀ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਕਿੰਨੀ ਉਮਰ ਹੋਣੀ ਚਾਹੀਦੀ ਆ ਤਾਂ 30 ਸਾਲ ਹੋਣੀ ਚਾਹੀਦੀ ਇੱਕ ਕੁਝ ਇਦਾਂ ਦੇ ਬੇਸਿਕ ਕੁਐਸਚਨ ਹੈ ਬੇਸਿਕ ਕੁਐਸਚਨ ਇਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛੇ ਜਾਂਦੇ ਵੀ ਲੋਕ ਸਭਾ ਦਾ ਮੈਂਬਰ ਦੀ ਯੋਗਤਾ ਉਮਰ ਕਿੰਨੀ ਹੋਣੀ ਚਾਹੀਦੀ ਹੈ ਰਾਜ ਸਭਾ ਮੈਂਬਰ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਪੰਚਾਇਤਾਂ ਵਿੱਚ ਜੋ ਵਿਅਕਤੀ ਮੈਂਬਰ ਜਾਂ ਸਰਪੰਚ ਬਣਦਾ ਤੇ ਉਹਨੂੰ ਉਮਰ ਹੋਣੀ ਚਾਹੀਦੀ ਹੈ ਜੀ 21 ਸਾਲ ਇਹ ਕਿੱਥੇ ਆ ਜੀ ਪੰਚਾਇਤਾਂ ਵਿੱਚ ਯਾਦ ਰੱਖ ਲਿਆ ਜੀ ਇਦਾਂ ਦੇ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੁਹਾਨੂੰ ਕੁਐਸਚਨ ਕਿਉਂਕਿ ਹੁਣੇ-ਹੁਣੇ ਆਪਣੇ ਕੀ ਹੁੰਦੇ ਲੋਕ ਸਭਾ ਦੇ ਇਲੈਕਸ਼ਨ ਹੋ ਕੇ ਚੱਲੇ ਆ ਖਤਮ ਹੋਏ ਆ ਲੋਕ ਸਭਾ ਤੋਂ ਬਾਅਦ ਹੁਣ ਆਪਾਂ ਨੂੰ ਪਤਾ ਵੀ ਅਗਸਤ ਦੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਪੰਚਾਇਤਾਂ ਦੇ ਇਲੈਕਸ਼ਨ ਹੋਣਗੇ ਤਾਂ ਤੁਹਾਨੂੰ ਪੰਚਾਇਤਾਂ ਸਬੰਧੀ ਲੋਕ ਸਭਾ ਸਬੰਧੀ ਆਰਟੀਕਲ ਪੁੱਛੇ ਬਹੁਤ ਜਾਣਗੇ ਵੀ ਪੰਚਾਇਤਾਂ ਦਾ ਆਰਟੀਕਲ ਕਿਹੜਾ ਹੈ ਲੋਕ ਸਭਾ ਦਾ ਆਰਟੀਕਲ ਕਿਹੜਾ ਹੈ ਲੋਕ ਸਭਾ ਦੇ ਵਿੱਚ ਜੋ ਵਿਅਕਤੀ ਖੜਾ ਹੋ ਰਿਹਾ ਉਹਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਕਿੰਨੀ ਯੋਗਤਾ ਹੋਣੀ ਚਾਹੀਦੀ ਹੈ ਇਦਾਂ ਦੇ ਆਰਟੀਕਲ ਬਹੁਤ ਪੁੱਛੇ ਜਾਣਗੇ ਪਤਾ ਲੱਗ ਗਿਆ ਜੀ ਅਗਲਾ ਕੁਐਸਚਨ ਦੇਖੋ ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ ਬਹੁਤ ਹੀ ਵਧੀਆ ਕੁਐਸਚਨ ਹੈ ਜੀ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਵਾਰ ਕੁਐਸਚਨ ਇਹ ਰਿਪੀਟ ਕੀਤਾ ਗਿਆ ਪ੍ਰੀਵੀਅਸ ਐਗਜ਼ਾਮ ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ অপਸ਼ਨ A ਪ੍ਰਧਾਨ ਮੰਤਰੀ অপਸ਼ਨ B ਸਪੀਕਰ অপਸ਼ਨ C ਉਪ ਰਾਸ਼ਟਰਪਤੀ ਦੇ অপਸ਼ਨ D ਰਾਸ਼ਟਰਪਤੀ ਰਾਜ ਸਭਾ ਦਾ ਸਭਾਪਤੀ ਕੌਣ ਹੋਊਗਾ ਆਨਸਰ ਕਰੋ ਜੀ ਇਹਦਾ ਤਾਂ ਇਹਦਾ ਰਾਈਟ ਆਨਸਰ ਕੀ ਹੈ ਜੀ ਰਾਈਟ ਆਨਸਰ ਹੈ ਜੀ অপਸ਼ਨ C ਜਿਹੜਾ ਭਾਰਤ ਦਾ ਉਪ ਰਾਸ਼ਟਰਪਤੀ ਹੋਊਗਾ ਉਹ ਕਈ ਬਣ ਜਾਊਗਾ ਜੀ ਜਦੋਂ ਵੀ ਇਲੈਕਸ਼ਨ ਰਾਸ਼ਟਰਪਤੀ ਇਲੈਕਸ਼ਨ ਹੋਣਗੇ ਤਾਂ ਉਸ ਤੋਂ ਬਾਅਦ ਰਾਜ ਸਭਾ ਦਾ ਜਿਹੜਾ ਪਰਦਾ ਰਾਸ਼ਟਰਪਤੀ ਹੋਊਗਾ ਉਹ ਉਪ ਰਾਸ਼ਟਰਪਤੀ ਉਹ ਰਾਜ ਸਭਾ ਦਾ ਆਟੋਮੈਟਿਕ ਕੀ ਬਣ ਜਾ ਜੀ ਸਭਾਪਤੀ ਬਣ ਜਾਂਦਾ ਹੈ ਕੀ ਬਣ ਜਾਂਦਾ ਜੀ ਪਰਦਾ ਰਾਜ ਸਭਾ ਦਾ ਸਭਾ ਪਤੀ ਠੀਕ ਹੈ ਜੀ ਯਾਦ ਰੱਖਣਾ ਜਿਹੜੀ ਰਾਜ ਸਭਾ ਹੁੰਦੀ ਆ ਉਹਦੇ ਵਿੱਚ ਸਭਾਪਤੀ ਹੁੰਦਾ ਹੈ ਤੇ ਜਿੱਥੇ ਲੋਕ ਸਭਾ ਹੁੰਦੀ ਹੈ ਲੋਕ ਸਭਾ ਇੱਥੇ ਕੌਣ ਬੈਠਦਾ ਜੀ ਇੱਥੇ ਬੈਠਦਾ ਜੀ ਸਪੀਕਰ ਦੋਵੇਂ ਚੀਜ਼ਾਂ ਯਾਦ ਰੱਖਣੀ ਆ ਪੁੱਲਣਾ ਨਹੀਂ ਗਿਆ ਇਹ ਚੀਜ਼ ਬਹੁਤ ਕੁਐਸਚਨ ਪੁੱਛੀ ਜਾਂਦੇ ਜਿਵੇਂ ਦੇਖੋ ਇੱਕ ਸਦਨ ਬਣਿਆ ਹੋਇਆ ਜੀ ਆਪਣੇ ਕਾਰੇਗਾ ਦਿੱਲੀ ਦੇ ਵਿੱਚ ਉਹਨੂੰ ਸੰਸਦ ਕਹਿ ਦਿੰਦੇ ਆ ਸੰਸਦ ਦੇ ਦੋ ਕਮਰੇ ਆ ਜੀ ਇੱਕ ਦਾ ਨਾਮ ਹੈ ਲੋਕ ਸਭਾ ਇੱਕ ਦਾ ਨਾਮ ਹੈ ਜੀ ਰਾਜ ਸਭਾ ਤੇ ਲੋਕ ਸਭਾ ਵਿੱਚ ਕੌਣ ਬੈਠਦਾ ਜੀ ਲੋਕ ਸਭਾ 'ਚ ਬੈਠਦਾ ਸਪੀਕਰ ਕੌਣ ਬੈਠਦਾ ਸਪੀਕਰ ਦੇਖੋ ਜਿਹੜੀ ਲੋਕ ਸਭਾ ਦੀ ਕਾਰਵਾਈ ਉਹ ਕੌਣ ਦੇਖਦਾ ਸਪੀਕਰ ਦੇਖਦਾ ਤੇ ਜਿਹੜੀ ਰਾਜ ਸਭਾ ਦੀ ਕਾਰਵਾਈ ਹੁੰਦੀ ਹੈ ਰਾਜ ਸਭਾ ਦੀ ਤੇ ਉਹ ਕੌਣ ਦੇਖਦਾ ਜੀ ਉਹ ਦੇਖਦਾ ਜੀ ਸਭਾਪਤੀ ਸਭਾ ਸਭਾਪਤੀ ਠੀਕ ਹੈ ਜੀ ਕੌਣ ਦੇਖਦਾ ਸਭਾਪਤੀ ਸਭਾਪਤੀ ਪੂਰੀ ਕਾਰਵਾਈ ਨੂੰ ਦੇਖੂਗਾ ਜਦ ਰਸ ਸਭਾਜੀ ਹੋਗੀ ਤੇ ਲੋਕ ਸਭਾਜੀ ਦੇਖੂਗਾ ਜੀ ਸਪੀਕਰ ਆ ਜੀ ਆਪਸ ਨੂੰ ਸਮਝ ਆ ਗਿਆ ਹੋਣਾ ਤੇ ਰਾਜ ਸਭਾ ਦਾ ਸਭਾਪਤੀ ਕੌਣ ਹੋਗਾ ਪਾਰਦਾ ਉਪ ਰਾਸ਼ਟਰਪਤੀ ਪਾਰਦਾ ਵਾਈਸ ਪ੍ਰੈਜ਼ੀਡੈਂਟ ਅਲੱਗ ਕੁਸਚਨ ਕਰਨ ਤੋਂ ਪਹਿਲਾਂ ਕੁਝ ਛੋਟੀ ਜੀ ਇਨਫੋਰਮੇਸ਼ਨ ਹੈ ਤੁਹਾਡੇ ਵਾਸਤੇ ਜਿਹੜੇ ਬੱਚੇ ਸਾਡੇ ਨਾਲ ਵਟਸਐਪ ਗਰੁੱਪ ਤੇ ਜੁਆਇਨ ਹੋਣਾ ਚਾਹੁੰਦੇ ਆ ਉਹ ਜੁੜ ਸਕਦੇ ਸਾਡੇ ਨਾਲ ਆਪਦਾ ਨਾਮ ਮੋਬਾਈਲ ਨੰਬਰ ਇਗਜ਼ਾਮ ਵੀ ਕਿਸ ਇਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਪੁਲਿਸ ਪੰਜਾਬ ਵੀਡੀਓ ਪੰਜਾਬ ਪਟਵਾਰੀ ਜਾਂ ਪੀਐਸ ਜੈਟ 1 ਜਾਂ ਪੀਐਸ ਸੈਕੰਡ ਪੇਪਰ ਦੀ ਜੋ ਵੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਆਪ ਦਾ ਇਗਜ਼ਾਮ ਜਰੂਰ ਮੈਂਸ਼ਨ ਕਰਨਾ ਹੈ ਤੇ ਸਿਟੀ ਸਾਡੇ ਨੀਚੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੈਂਡ ਕਰ ਦੇਣਾ ਤਾਂ ਤੁਹਾਨੂੰ ਸਿੱਖਿਆ ਐਫ ਐਮ ਦੇ ਵਟਸਐਪ ਗਰੁੱਪ ਨਾਲ ਜੋੜ ਦਿੱਤਾ ਜਾਊਗਾ ਜਿੱਦੇ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਵਗੈਰਾ ਪ੍ਰੋਵਾਈਡ ਕਰਵਾਈਆਂ ਜਾਂਦੀ ਹੈ ਤੁਹਾਨੂੰ ਨੀਤ ਫ੍ਰੀ ਆਫ ਕੋਸਟ ਪੀਡੀਐਫ ਵਗੈਰਾ ਮਿਲਣਗੇ ਨੈਕਸਟ ਕੁਐਸਚਨ ਦੇਖੋ ਜੀ ਨੈਕਸਟ ਕੁਐਸਚਨ ਕੀ ਹੈ ਜੀ ਰਾਜ ਸਰਕਾਰ ਨੈਕਸਟ ਕੁਐਸਚਨ ਦੀ ਗੱਲ ਕੀਤੀ ਗਈ ਹੈ ਜੀ ਰਾਜ ਸਰਕਾਰ ਕਿ ਰਾਜ ਸਰਕਾਰ ਰਾਜ ਸਰਕਾਰ ਦਾ ਸੰਵਿਧਾਨਿਕ ਪ੍ਰਮੁੱਖੀ ਪ੍ਰਮੁੱਖ ਕੌਣ ਹੁੰਦਾ ਹੈ ਰਾਜ ਸਰਕਾਰ ਦਾ ਸੰਵਿਧਾਨਿਕ ਪ੍ਰਮੁੱਖ ਜਾਂ ਮੁਖੀ ਕੌਣ ਹੁੰਦਾ ਹੈ ਸੰਵਿਧਾਨਿਕ ਪ੍ਰਮੁੱਖ ਜਿਹੜੇ ਸੰਵਿਧਾਨ ਦੇ ਤੌਰ ਤੇ ਉਹਨੂੰ ਮਾਨਤਾ ਦਿੱਤੀ ਗਈ ਹੈ ਮੁੱਖ ਮੰਤਰੀ ਰਾਜਪਾਲ ਵਿਧਾਨ ਸਭਾ ਦਾ ਸਪੀਕਰ ਹਾਈ ਕੋਰਟ ਦਾ ਮੁੱਖ ਜੱਜ ਤਾਂ ਚਾਰ ਆਪਸ਼ਨ ਹੈ ਜੀ ਇੰਦੇ ਵਿੱਚ ਚਾਰਾਂ ਵਿੱਚੋਂ ਰਾਈਟ ਆਨਸਰ ਕਿਹੜੀ ਹੈ ਜੀ ਰਾਈਟ ਆਫਸਰ ਹੈ ਜੀ ਰਾਜੇਪਾਲ ਰਾਜ ਸਰਕਾਰ ਦਾ ਸੰਵਿਧਾਨਿਕ ਪ੍ਰਮੁੱਖ ਕੌਣ ਹੁੰਦਾ ਹੈ ਤਾਂ ਰਾਜ ਸਰਕਾਰ ਦਾ ਸੰਵਿਧਾਨਿਕ ਪ੍ਰਮੁੱਖ ਹੁੰਦਾ ਹੈ ਜੀ ਰਾਜੇਪਾਲ ਕੌਣ ਹੋ ਜਾਂਦਾ ਜੀ ਰਾਜੇਪਾਲ ਆਪਾਂ ਨੂੰ ਪਤਾ ਹੈ ਜੀ ਇੱਕ ਸਦਨ ਬਣਿਆ ਹੁੰਦਾ ਐਵੇਂ ਵਿਧਾਨ ਮੰਡਲ ਕਿਹਾ ਜਾਂਦਾ ਜੀ ਵਿਧਾਨ ਉਹ ਮੰਡਲ ਠੀਕ ਹੈ ਜੀ ਵਿਧਾਨ ਮੰਡਲ ਕਿਹਾ ਜਾਂਦਾ ਤਾਂ ਵਿਧਾਨ ਮੰਡਲ ਦੇ ਕਿੰਨੇ ਸੀਸ ਹੁੰਦੇ ਆ ਜੀ ਇੱਕ ਤਾਂ ਹੁੰਦੀ ਹੈ ਇੱਕ ਹੁੰਦੀ ਆ ਜੀ ਵਿਧਾਨ ਸਭਾ ਵਿਧਾਨ ਸਭਾ ਇੱਕ ਹੁੰਦੀ ਆ ਵਿਧਾਨ ਪ੍ਰੀਸ਼ਦ ਤੇ ਵਰਤਮਾਨ ਵਿੱਚ ਗੱਲ ਕਰਦਾ 6 ਸਟੇਟਾਂ ਵਿੱਚ ਵਿਧਾਨ ਪ੍ਰੀਸ਼ਦ ਦੇਖ ਨੂੰ ਮਿਲਦੀ ਹੈ ਠੀਕ ਹੈ ਜੀ ਤੇ ਵਿਧਾਨ ਪ੍ਰੀਸ਼ਦ ਦਾ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਤੇ ਦੂਸਰਾ ਹੁੰਦਾ ਜੀ ਰਾਜਪਾਲ ਇਹ ਰਾਜਪਾਲ ਕੀ ਹੋਗਾ ਜੀ ਤਿੰਨ ਇਹਦੇ ਅੰਗ ਹੋਣਦੇ ਆ ਵਿਧਾਨ ਵਿਧਾਨ ਮੰਡਲ ਦੇ ਤਿੰਨ ਅੰਗ ਹੁੰਦੇ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਤੇ ਰਾਜਪਾਲ ਇਹਦੇ ਮੁੱਖ ਤਿੰਨ ਅੰਗ ਹੋਣਗੇ ਠੀਕ ਹੈ ਜੀ ਪਤਾ ਲੱਗ ਗਿਆ ਰਾਜ ਸਰਕਾਰ ਦਾ ਰਾਜ ਸਰਕਾਰ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ਜੀ ਤਾਂ ਰਾਜਪਾਲ ਹੁੰਦਾ ਹੈ ਤਾਂ ਨੈਕਸਟ ਕੁਐਸਚਨ ਦੇਖੋ ਨੈਕਸਟ ਕੁਐਸਚਨ ਕੀ ਹੈ ਜੀ ਵਿਧਾਨ ਸਭਾ ਦਾ ਮੂਲ ਅਨੁਛੇਦ ਕਿਹੜਾ ਹੈ ਵਿਧਾਨ ਸਭਾ ਦਾ ਮੂਲ ਅਨੁਛੇਦ ਕਿਹੜਾ ਹੈ ਤਾਂ ਰਾਈਟ ਆਨਸਰ ਕਰੋ ਜੀ ਅਨੁਛੇਦ অপਸ਼ਨ ਦੇਖੋ ਅਨੁਛੇਦ 168 ਅਨੁਛੇਦ 169 ਅਨੁਛੇਦ 140 171 ਤਾਂ ਰਾਈਟ ਆਨਸਰ ਦੇਖੋ ਜਿੰਦੇ ਚ ਕਿਹੜਾ ਹੈ ਇਹਦਾ ਰਾਈਟ ਆਨਸਰ ਹੈ ਜੀ 170 170 170 ਵਿੱਚ ਕੀ ਗੱਲ ਦੀ ਕਾਦੀ ਗੱਲ ਕੀਤੀ ਹੈ ਤਾਂ ਵਿਧਾਨ ਸਭਾ ਦੀ ਕਾਦੀ ਗੱਲ ਕੀਤੀ ਹੈ ਜੀ ਵਿਧਾਨ ਸਭਾ ਦੀ ਗੱਲ ਕੀਤੀ ਹੈ ਠੀਕ ਹੈ ਜੀ ਵਿਧਾਨ ਸਭਾ ਕਿੱਥੇ ਹੁੰਦੀ ਹੈ ਹਰੇਕ ਸਟੇਟ ਵਿੱਚ ਵਿਧਾਨ ਸਭਾ ਹੁੰਦੀ ਹੈ ਜੇ ਵਰਤਮਾਨ ਵਿੱਚ ਗੱਲ ਕਰੀਏ ਆਪਣੇ ਕਿੰਨੇ ਸਟੇਟਾਂ ਵਿੱਚ ਵਿਧਾਨ ਸਭਾ ਹੈ ਤਾਂ 28 ਸਟੇਟਾਂਾਂ ਵਿੱਚ ਵਿਧਾਨ ਸਭਾ ਹੈ ਜੀ ਕਿੰਨੇ ਸਟੇਟਾਂ ਵਿੱਚ ਦੇਖਣ ਨੂੰ ਮਿਲਦੇ 28 ਸਟੇਟਾਂ ਵਿੱਚ ਤੇ ਯੂਟੀ ਯੂਨੀਟ ਟੈਰੀ ਕਿੰਨੀਆਂ ਜੀ ਤੇ ਵਿਧਾਨ ਸਭਾ ਹੈ ਤਾਂ ਤਿੰਨ ਯੂਨੀਟ ਟੈਰੀ ਹੈ ਜੀ ਕਿੰਨੀਆਂ ਸਟੇਟਾਂ ਵਿੱਚ ਹੈ ਜੀ ਤਿੰਨ ਦੇ ਇਸ ਦੀ ਗੱਲ ਕਰੀ ਆਰਟੀਕਲ 71 ਦੀ ਤੇ ਇਹ ਕਾਹਦੀ ਸਿਰਜਣਾ ਕਰਦਾ ਜੀ ਇਹ ਕਰਦਾ ਜੀ ਵਿਧਾਨ ਪਰਿਸ਼ਦ ਵਿਧਾਨ ਪਰਿਸ਼ਦ ਆਰਟੀਕਲ ਵਿਧਾਨ ਪਰਿਸ਼ਦ ਹੈ ਠੀਕ ਹੈ ਯਾਦ ਰਹਿ ਜੂਗਾ ਪਤਾ ਲੱਗ ਗਿਆ ਜੀ ਆਰਟੀਕਲ 170 ਵਿੱਚ ਵਿਧਾਨ ਸਭਾ ਦੀ ਚਰਚਾ ਕੀਤੀ ਗਈ ਹੈ ਹਰੇਕ ਸਟੇਟ ਵਿੱਚ ਕੀ ਹੋਗੀ ਵਿਧਾਨ ਸਭਾ ਹੋਊਗੀ ਜੋ ਉੱਥੋਂ ਦੇ ਲੋਕਲ ਸਟੇਟ ਵਿੱਚ ਕਾਨੂੰਨ ਬਣਾਉਣ ਦਾ ਕੰਮ ਕੌਣ ਕਰਦੀ ਹੈ ਵਿਧਾਨ ਸਭਾ ਕਰਦੀ ਹੈ ਜਿਵੇਂ ਸੈਂਟਰ ਵਿੱਚ ਕੌਣ ਕੰਮ ਕਰਦਾ ਹੈ ਕਾਨੂੰਨ ਬਣਾਉਣ ਦਾ ਤਾਂ ਸੰਸਦ ਦਾ ਕੰਮ ਹੁੰਦਾ ਹੈ ਠੀਕ ਹੈ ਜੀ ਜਿਵੇਂ ਸੰਸਦ ਸਾਰੇ ਪੂਰੇ ਇੰਡੀਆ ਵਾਸਤੇ ਕਾਨੂੰਨ ਬਣਾਉਂਦੀ ਹੈ ਐਵੇਂ ਵਿਧਾਨ ਸਭਾ ਦਾ ਕੰਮ ਕੀ ਹੁੰਦਾ ਹੈ ਉਹ ਸਟੇਟ ਦੇ ਵਿੱਚ ਕੀ ਹੈ ਕਾਨੂੰਨ ਬਣਾਉਣਾ ਠੀਕ ਹੈ ਜੀ ਕਾਦੇ ਵਾਦੇ ਲੋਕਾਂ ਵਾਸਤੇ ਕਾਨੂੰਨ ਵਗੈਰਾ ਬਣਾਉਣਾ ਨੈਕਸਟ ਕੁਐਸਚਨ ਦੇਖੋ ਭਾਰਤ ਦੇ ਕਿੰਨੇ ਜ਼ਿਲ੍ਹਿਆਂ ਵਿੱਚ ਵਧੀਆ ਸਾਡੇ ਟਾਈਪਿੰਗ ਮਾਸਟਰ ਤੋਂ ਗਲਤੀ ਹੋ ਗਈ ਇਹਦਾ ਰਾਈਟ ਕੀ ਹੋਊਗਾ ਭਾਰਤ ਦੇ ਕਿੰਨੇ ਰਾਜਾਂ ਵਿੱਚ ਰਾਜਾਂ ਵਿੱਚ ਆਊਗਾ ਜੀ ਭਾਰਤ ਦੇ ਕਿੰਨੇ ਰਾਜਾਂ ਵਿੱਚ ਵਿਧਾਨ ਪ੍ਰੀਸ਼ਦ ਹੈ ਵਰਤਮਾਨ ਵਿੱਚ ਭਾਰਤ ਦੇ ਕਿੰਨੇ ਰਾਜਾਂ ਵਿੱਚ ਵਿਧਾਨ ਪ੍ਰੀਸ਼ਦ ਹੈ অপਸ਼ਨਾਂ ਚੈੱਕ ਕਰੋ ਜੀ অপਸ਼ਨ A 9 অপਸ਼ਨ B 6 অপਸ਼ਨ C 7 ਤੇ অপਸ਼ਨ D 8 10 ਤਾਂ ਰਾਈਟ ਆਨਸਰ ਕਿਹੜਾ ਜੀ ਤਾਂ ਰਾਈਟ ਆਨਸਰ ਵਰਤਮਾਨ ਵਿੱਚ ਗੱਲ ਕਰੀਏ ਭਾਰਤ ਦੇ 6 ਰਾਜਾਂ ਦੇ ਵਿੱਚ ਕੀ ਹੈ ਜੀ ਵਿਧਾਨ ਪ੍ਰੀਸ਼ਦ ਦਾ ਗਠਨ ਕੀਤਾ ਗਿਆ ਹੈ ਕਾਹਦਾ ਗਠਨ ਕੀਤਾ ਗਿਆ ਹੈ ਵਿਧਾਨ ਪ੍ਰੀਸ਼ਦ ਦਾ ਤਾਂ ਰਾਜ ਕਿਹੜੇ-ਕਿਹੜੇ ਹੈ ਜੀ ਇੱਕ ਤਾਂ ਹੈ ਜੀ ਯੂਪੀ ਕਿਹੜਾ ਰਾਜ ਹੈ ਜੀ ਯੂਪੀ ਉੱਤਰ ਪ੍ਰਦੇਸ਼ ਦੂਸਰਾ ਹੈ ਜੀ ਬਿਹਾਰ ਫਿਰ ਆ ਜਾਂਦਾ ਜੀ ਮਹਾਰਾਸ਼ਟਰ ਮਹਾ ਰਾਸ਼ਟਰ ਤੀਸਰਾ ਆ ਜਾਂਦਾ ਜੀ ਕਰਨਾਟਕਾ ਕਰਨਾਟਕਾ ਚੌਥਾ ਆ ਜਾਂਦਾ ਜੀ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਤੇ ਸੋਰੀ 6ਵਾਂ ਆ ਜਾਂਦਾ ਜੀ 6ਵਾਂ ਰਾਜ ਕਿਹੜਾ ਹੈ ਤੇਲਗਾਨਾ ਤੇ ਭਾਰ ਦੇ ਵਰਤਮਾਨ ਵਿੱਚ 6 ਸਟੇਟਾਂ ਹੈਗੀਆਂ ਜਿੱਥੇ ਆਪਾਂ ਨੂੰ ਵਿਧਾਨ ਪ੍ਰੀਸ਼ਦ ਦਿੱਖ ਨੂੰ ਮਿਲਦੀ ਹੈ ਜੇ ਵਿਧਾਨ ਪ੍ਰੀਸ਼ਦ ਦਾ ਮੂਲ ਆਰਟੀਕਲ ਤੁਹਾਨੂੰ ਦੱਸ ਹੀ ਚੁੱਕਾ ਪਿਛਲੀ ਕੁਐਸਚਨ ਵਿੱਚ ਤਾਂ ਕਿੰਨਾ ਹੈ ਜੀ 171 171 ਵੀ ਵਿਧਾਨ ਪ੍ਰੀਸ਼ਦ ਦਾ ਚਰਚਾ ਹੈ ਠੀਕ ਹੈ ਜੀ ਇਹ ਦੇਖੋ ਵਿਧਾਨ ਪ੍ਰੀਸ਼ਦ ਬਣਾਉਣੀ ਜ਼ਰੂਰੀ ਨਹੀਂ ਹੈਗੀ ਇਹ ਸਟੇਟ ਸਰਕਾਰ ਤੇ ਡਿਪੈਂਡ ਕਰਦੀ ਹੈ ਵੀ ਸਟੇਟ ਸਰਕਾਰ ਉਸ ਨੂੰ ਬਣਾਉਂਦੀ ਆ ਜਾਂ ਨਹੀਂ ਬਣਾਉਂਦੀ ਠੀਕ ਹੈ ਜੀ ਸਿੰਪਲ ਜਿਹਾ ਕੰਮ ਹੁੰਦਾ ਹੈ ਸਟੇਟ ਸਰਕਾਰ ਕੀ ਕਰਦੀ ਹੈ ਕਿ ਬਿੱਲ ਪਾਸ ਕਰਦੀ ਹੈ ਲੋਕ ਸਭਾ ਵਿੱਚ ਸੋਰੀ ਵਿਧਾਨ ਸਭਾ ਵਿੱਚ ਵਿਧਾਨ ਸਭਾ ਤੋਂ ਬਾਅਦ ਉਹ ਰਾਜਪਾਲ ਸਾਈਨ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਸੰਸਦ ਵਿੱਚ ਜਾਂਦਾ ਹੈ ਲੋਕ ਸਭਾ ਤੇ ਰਾਜ ਸਭਾ ਦੋਵੇਂ ਪਾਸ ਕਰ ਦਿੰਦੇ ਬਿੱਲ ਨੂੰ ਤਾਂ ਉਸ ਸਟੇਟ ਵਿੱਚ ਵਿਧਾਨ ਸਭਾ ਉਹ ਸੋਰੀ ਵਿਧਾਨ ਪ੍ਰੀਸ਼ਦ ਲਾਗੂ ਕੀਤੀ ਜਾ ਸਕਦੀ ਹੈ ਤਾਂ ਇਹ ਸਟੇਟ ਤੇ ਡਿਪੈਂਡ ਕਰਦਾ ਜੀ ਸਟੇਟ ਬਣਾਉਂਦੀ ਆ ਜਾਂ ਨਹੀਂ ਬਣਾਉਂਦੀ ਪਤਾ ਲੱਗਿਆ ਵਿਧਾਨ ਪ੍ਰੀਸ਼ਦ ਦਾ ਕੰਮ ਕਿੰਨੇ ਸਟੇਟਾਂ ਵਿੱਚ 6 ਸਟੇਟਾਂ ਵਿੱਚ ਵਰਤਮਾਨ ਯੂਪੀ ਬਿਹਾਰ ਮਹਾਰਾਸ਼ਟਰ ਕਰਨਾਟਕਾ ਆਂਧਰਾ ਪ੍ਰਦੇਸ਼ ਤੇ ਤੇਲਗਾਨਾ ਨੈਕਸਟ ਕੁਐਸਚਨ ਦੇਖੋ ਜੀ ਹਾਈ ਕੋਰਟ ਦੀ ਚਰਚਾ ਨਕਸਤ ਕੁਸਚਨ ਕੀ ਹੈ ਜੀ ਹਾਈ ਕੋਰਟ ਦੀ ਚਰਚਾ ਹਾਈ ਕੋਰਟ ਦੀ ਚਰਚਾ ਕਿਸ ਆਰਟੀਕਲ ਵਿੱਚ ਕੀਤੀ ਗਈ ਹੈ ਆਰਟੀਕਲ ਨੰਬਰ 124 ਆਪਸ਼ਨ ਬੀ 214 ਆਪਸ਼ਨ ਸੀ 241 ਆਪਸ਼ਨ ਡੀ 256 ਤੈਂਦਾ ਰਾਈਟ ਆਨਸਰ ਕਰਾ ਜੀ ਹਾਈ ਕੋਰਟ ਦੀ ਚਰਚਾ ਆਪਾਂ ਨੂੰ ਕਿੱਥੇ ਮਿਲਦੀ ਹੈ ਜੀ ਆਰਟੀਕਲ ਨੰਬਰ 214 ਤਾਂ 214 ਵਿੱਚ ਹਰੇਕ ਰਾਜ ਵਿੱਚ ਹਰੇਕ ਰਾਜ ਵਿੱਚ ਕੀ ਹੋਊਗੀ ਜੀ ਹਾਈ ਕੋਰਟ ਹੋਊਗੀ ਕੀ ਹੋਊਗੀ ਹਾਈ ਕੋਰਟ ਹਰੇਕ ਰਾਜ ਵਿੱਚ ਹਾਈ ਕੋਰਟ ਹੋਊਗੀ ਦੇਖੋ ਜਰੂਰੀ ਹੈ ਪ੍ਰਤੀਕ ਰਾਜ ਵਿੱਚ ਹਾਈ ਕੋਰਟ ਨਹੀਂ ਹੋ ਸਕਦੀ ਜਿਵੇਂ ਕਿ ਵਰਤਮਾਨ ਦੀ ਗੱਲ ਕਰੀ ਤਾਂ ਕੁਝ ਜਿੱਦਾਂ ਸਟੇਟਾਂ ਹੈਗੀਆਂ ਵਰਤਮਾਨ ਵਿੱਚ ਭਾਰਤ ਦੀ ਗੱਲ ਕਰੀ ਤਾਂ ਕਿੰਨੀ ਹਾਈ ਕੋਰਟ ਹੈ ਤਾਂ ਇਹ ਹੈ ਜੀ 25 ਵਰਤਮਾਨ ਵਿੱਚ ਹਾਈ ਕੋਰਟ ਹੈ ਜੇ ਵਰਤਮਾਨ ਨੂੰ ਸਟੇਟਾਂ ਦੀ ਗੱਲ ਕਰੀਏ ਤਾਂ ਕਿੰਨੀਆਂ ਸਟੇਟਾਂ ਹੈ ਤਾਂ ਸਟੇਟਾਂ ਹੈਗੀਆਂ 28 ਦੇਖੋ ਜਿਵੇਂ ਕਿ ਪੰਜਾਬ ਦੀ ਗੱਲ ਕਰੀਏ ਪੰਜਾਬ ਹਰਿਆਣਾ ਦੀ ਇੱਕ ਸਾਂਝੀ ਹਾਈ ਕੋਰਟ ਆ ਗਈ ਤੇ ਐਵੇਂ ਇੱਕ ਤੋਂ ਵੱਧ ਦੋ ਸਟੇਟਾਂ ਦੀ ਹਾਈ ਕੋਰਟ ਸਾਂਝੀ ਹੋ ਸਕਦੀ ਹੈ ਠੀਕ ਹੈ ਜੀ ਜ਼ਰੂਰੀ ਨਹੀਂ ਵੀ ਹਰੇਕ ਸਟੇਟ ਵਿੱਚ ਹਾਈ ਕੋਰਟ ਹੋਣੀ ਚਾਹੀਦੀਆਂ ਤਾਂ ਇੱਕ ਤੋਂ ਵੱਧ ਕਿਸੇ ਵੀ ਸਟੇਟ ਵਿੱਚ ਹਾਈ ਕੋਰਟ ਬਣਾਈ ਜਾ ਸਕਦੀ ਹੈ ਜਿਵੇਂ ਪੰਜਾਬ ਬਿਹਾਰਾਂ ਦੇ ਹਾਈ ਕੋਰਟ ਆ ਗਈ ਉਹ ਪਾਰਦੇ ਆ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਅੱਠ ਉਹਨਾਂ ਦੀ ਕਿਸੇ ਦੀ ਹਾਈ ਕੋਰਟ ਬਣਾਈ ਜਾ ਸਕਦੀ ਹੈ ਜੇ ਆਪਾਂ ਯੂਟੀ ਦੀ ਗੱਲ ਕਰੀਏ ਤਾਂ ਯੂਟੀ ਦੋ ਹੈ ਜਿਹੜਾ ਜਿਨ੍ਹਾਂ ਦੀ ਆਪਣੀ ਕੇਂਦਰ ਸ਼ਾਸਿਤ ਹਾਈ ਕੋਰਟ ਹੈ ਜਿਵੇਂ ਕਿ ਦਿੱਲੀ ਆ ਗਿਆ ਦਿੱਲੀ ਦੀ ਆਪਣੀ ਹਾਈ ਕੋਰਟ ਹੈ ਜੀ ਯੂਟੀ ਦੀ ਦਿੱਲੀ ਹੋ ਗਿਆ ਤੇ ਜੰਮੂ ਕਸ਼ਮੀਰ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਜੰਮੂ ਕਸ਼ਮੀਰ ਕੋਲ ਕੀ ਹੈ ਜੀ ਆਪਣੀ ਹਾਈ ਕੋਰਟ ਹੈ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਛ ਲੈ ਤਾਂ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਇਦਾਂ ਦੇ ਆ ਜਿਨ੍ਹਾਂ ਕੋਲ ਆਪਣੀ ਖੁਦ ਦੀ ਹਾਈ ਕੋਰਟ ਹੈ ਜੋ ਮੁਕਸ਼ਮੀਰ ਹੋ ਗਿਆ ਤੇ ਦਿੱਲੀ ਹੋ ਗਿਆ ਠੀਕ ਹੈ ਜੀ ਬਾਕੀ ਜਿਹੜੀਆਂ ਲਕਸ਼ਦੀਪ ਹੋ ਗਿਆ ਅੰਡਮਾਨ ਨਿਕੋਬਾਰਾ ਦਾਦਰਾ ਨਗਰ ਹਵੇਲੀ ਇਹ ਨਾਲ ਦੇ ਸਟੇਟਾਂ ਤੇ ਜੋ ਸਟੇਟ ਇਹਨਾਂ ਨਾਲ ਲੱਗਦੇ ਉਹਨਾਂ ਦੇ ਡਿਪੈਂਡ ਕਰਦੇ ਆ ਤੇ 124 ਦੀ ਗੱਲ ਕਰੀਏ ਤਾਂ 124 ਸੁਪਰੀਮ ਕੋਰਟ ਦੀ ਚਰਚਾ ਕੀਤੀ ਗਈ ਹੈ 124 ਚ ਕੀ ਦੀ ਚਰਚਾ ਕੀਤੀ ਗਈ ਹੈ ਸੁਪਰੀਮ ਕੋਰਟ 파ਰਦੀ ਕੀ ਹੈ ਸਭ ਤੋਂ ਮੁੱਖ ਅਦਾਲਤ ਕਿਹੜੀ ਹੈ ਜੀ ਸਭ ਮੁੱਖ ਅਦਾਲਤ ਹੈ ਸੁਪਰੀਮ ਕੋਰਟ ਦੀ ਚਰਚਾ ਕਿਸ ਆਰਟੀਕਲ ਵਿੱਚ ਹੈ 124 ਦੇ ਵਿੱਚ ਠੀਕ ਹੈ ਜੀ ਤੇ 2 ਯੂਟੀ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹਾਈ ਕੋਰਟ ਕਿਹੜੀ ਤੇ ਆ 241 ਦੀ ਗੱਲ ਕੀਤੀ ਗਈ ਹੈ 241 ਵਿੱਚ ਯੂਟੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗੱਲ ਕੀਤੀ ਗਈ ਹੈ ਜਿਵੇਂ ਦਿੱਲੀ ਦੀ ਆ ਗਈ ਤੇ ਜੰਮੂ ਸ਼ਮੇਰ ਦੀ ਆ ਗਈ ਨੈਕਸਟ ਕੁਐਸਚਨ ਦੇਖੋ ਜੀ ਸੰਯੁਕਤ ਅਦਿਵੇਸ਼ਨ ਦਾ ਮੂਲ ਅਨੁਸ਼ੇਦ ਕਿਹੜਾ ਹੈ ਸੰਯੁਕਤ ਅਦਿਵੇਸ਼ਨ ਦਾ ਮੂਲ ਅਨੁਸ਼ੇਦ ਕਿਹੜਾ ਹੈ ਆਪਸ਼ਨਾਂ ਚ ਚੈੱਕ ਕਰੋ ਜੀ ਆਪਸ਼ਨ A ਅਨੁਸ਼ੇਦ ਨੰਬਰ 110 ਆਪਸ਼ਨ B ਅਨੁਸ਼ੇਦ 109 অপশন সি অনুচ্ছেদ 107 অপশন ডি অনুচ্ছেদ নম্বর 108 সংযুক্ত অধিবেশন ਤਾਂ সংযুক্ত অধিবেশন ਦਾ রাইট ਆਨਸਰ ਹੈ ਜੀ 108 সংযুক্ত অধিবেশਨ ਦਾ রাইট ਆਨਸਰ ਕਿਹੜਾ ਹੈ ਜੀ 108 ਤੇ ਕੌਣ ਬੁਲਾਉਂਦਾ ਹੈ ਜੀ ਇਹ ਤਾਂ ਇਹ ਬੁਲਾਉਂਦਾ ਹੈ ਜੀ ਰਾਸ਼ਟਰਪਤੀ ਕੌਣ ਬੁਲਾਉਂਦਾ ਹੈ ਜੀ ਰਾਸ਼ਟਰ ਕੌਣ ਬੁਲਾਉਂਦਾ ਹੈ ਜੀ ਇਹ ਰਾਸ਼ਟਰਪਤੀ ਬੁਲਾਉਂਦਾ ਹੈ ਦੇਖੋ ਜਦੋਂ ਲੋਕ ਸਭਾ ਹੋਗੀ ਲੋਕ ਸਭਾ ਤੇ ਰਾਜ ਸਭਾ ਇਨ੍ਹਾਂ ਦੋਵਾਂ ਦੇ ਵਿਚਕਾਰ ਕਿਸੇ ਬਿੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਨਾ ਠੀਕ ਹੈ ਜੀ ਕਿਸੇ ਬਿੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਮੰਨ ਕੇ ਚਲੋ ਕੋਈ ਬਿੱਲ ਗਿਆ ਲੋਕ ਸਭਾ ਨੇ ਪਾਸ ਕਰਤਾ ਲੋਕ ਸਭਾ ਨੇ ਕਰਤਾ ਪਾਸ ਉਹ ਰਾਜ ਸਭਾ ਨੇ ਉਸ ਨੂੰ 6 ਮਹੀਨੇ ਹੋ ਗਿਆ ਉਸ ਨੂੰ ਵਾਪਸ ਨਹੀਂ ਕੀਤਾ ਉਹਨੂੰ 6 ਮਹੀਨੇ ਤੱਕ ਰੋਕ ਕੇ ਰੱਖਿਆ ਤੇ ਇਹ ਜੀ ਕੰਡੀਸ਼ਨ ਵਿੱਚ ਇਹ ਜੀ ਕੰਡੀਸ਼ਨ ਵਿੱਚ ਰਾਸ਼ਟਰਪਤੀ ਕੀ ਕਰਦਾ ਸੰਯੁਕਤ ਅਦਿবেশਨ ਬੁਲਾਉਂਦਾ ਕੌਣ ਬੁਲਾਉਂਦਾ ਰਾਸ਼ਟਰਪਤੀ ਬੁਲਾਉਂਦਾ 108 108 ਐਂਬੂਲੈਂਸ ਡਾਇਲ ਕਰ ਰਿਹਾ ਜੇ 108 ਤੇ ਕੀ ਆਉਂਦੀ ਐਂਬੂਲੈਂਸ ਹੁੰਦੀ ਹੈ ਤਾਂ ਕੌਣ ਬੁਲਾਉਂਦਾ ਜੀ ਰਾਸ਼ਟਰਪਤੀ ਬੁਲਾਉਂਦਾ ਕਿ ਜਦੋਂ ਦੋ ਵਿਅਕਤੀਆਂ ਦਾ ਝਗੜਾ ਹੋ ਜਾਂਦਾ ਠੀਕ ਹੈ ਜੀ ਤਾਂ ਉਦੋਂ ਕੀ ਆਉਂਦੀ ਹੈ ਜੀ ਐਂਬੂਲੈਂਸ ਆਉਂਦੀ ਹੈ ਜਦੋਂ ਕੋਈ ਠੀਕ ਹੈ ਜੀ ਯਾਦ ਰੱਖ ਲਿਆ ਜੀ ਦੋ ਵਿਅਕਤੀ ਝਗੜਾ ਹੁੰਦਾ ਤਾਂ ਕੀ ਡਾਇਲ ਕਰਦੇ ਆਪਾਂ 108 ਡਾਇਲ ਕਰਦਾ ਫਿਰ ਕੀ ਆਉਂਦਾ ਐਂਬੂਲੈਂਸ ਆਉਂਦੀ ਹੈ ਠੀਕ ਹੈ ਉਸੇ ਤਰ੍ਹਾਂ ਜਦੋਂ ਰਾਜ ਸਭਾ ਤੇ ਲੋਕ ਸਭਾ ਦਾ ਝਗੜਾ ਹੋ ਜਾਂਦਾ ਨਾ ਫਿਰ ਉਹਨੂੰ ਸਮਝਾਉਂਦਾ ਕੌਣ ਹੈ ਤਾਂ ਰਾਸ਼ਟਰਪਤੀ ਠੀਕ ਹੈ ਜੀ ਉਹਦੀ ਮੀਟਿੰਗ ਹੁੰਦੀ ਹੈ ਸੈਂਟ ਦਿੱਲੀ ਸੈਂਟਰ ਹਾਲ ਵਿੱਚ ਲੇਕਿਨ ਜਿਹੜੀ ਇਹਦੀ ਸੰਯੁਕਤ ਅਦਿবেশਨ ਹੁੰ ਅਧਿਵਿਸ਼ਣ ਇਹਨੂੰ ਸੰਬੋਧਨ ਕੌਣ ਕਰਦਾ ਮਤਲਬ ਇਹਨੂੰ ਕੰਟਰੋਲ ਕੌਣ ਕਰ ਕੰਟਰੋਲ ਕਰਦਾ ਜੀ ਸਪੀਕਰ ਠੀਕ ਹੈ ਯਾਦ ਰੱਖਣਾ ਇਹ ਮੀਟਿੰਗ ਬੁਲਾਉਂਦਾ ਕੌਣ ਆ ਬੁਲਾਉਂਦਾ ਤਾਂ ਰਾਸ਼ਟਰਪਤੀ ਹੈ ਲੇਕਿਨ ਉਸ ਮੀਟਿੰਗ ਜਿਹੜੇ ਲੋਕ ਸਭਾ ਦੇ ਮੈਂਬਰ ਆ ਗਏ ਇੱਕ ਪਾਸੇ ਰਾਜ ਸਭਾ ਦੇ ਮੈਂਬਰ ਆ ਗਏ ਤਾਂ ਉਸ ਨੂੰ ਕੰਟਰੋਲ ਕੌਣ ਕਰੂਗਾ ਜੀ ਕੰਟਰੋਲ ਕਰੂਗਾ ਸਪੀਕਰ ਠੀਕ ਹੈ ਜੀ ਕਿਸੇ ਬਿੱਲ ਨੂੰ 6 ਮਹੀਨਿਆਂ ਤੱਕ ਰੋਕ ਕੇ ਰੱਖ ਲਿਆ ਇੱਕ ਤਾਂ ਐਸ ਕੰਡੀਸ਼ਨ ਵਿੱਚ ਆਪਾਂ ਸੰਯੁਕਤ ਅਦਿਵਿਸ਼ਣ ਬੁਲਾ ਸਕਦੇ ਹਾਂ ਦੂਸਰੀ ਕੰਡੀਸ਼ਨ ਕੀ ਹੈ ਜੀ ਮੰਨ ਕੇ ਜਦੋਂ ਲੋਕ ਸਭਾ ਨੇ ਕੋਈ ਸੁਝਾਅ ਦਿੱਤਾ ਤੇ ਰਾਜ ਸ ਅਪਲ ਸੰਯੁਕਤ ਅਦਿবেশਨ ਬੁਲਾਇਆ ਜਾ ਸਕਦਾ ਠੀਕ ਪਤਾ ਲੱਗ ਗਿਆ ਜੀ ਸੰਯੁਕਤ ਅਦਿবেশਨ ਕੌਣ ਬੁਲਾਉਂਦਾ ਹੈ ਤਾਂ ਰਾਸ਼ਟਰਪਤੀ ਬੁਲਾਉਂਦਾ ਹੈ ਠੀਕ ਹੈ ਜੀ ਅਦਿবেশਨ ਨੂੰ ਕੰਟਰੋਲ ਕੌਣ ਕਰਦਾ ਸਪੀਕਰ ਕਰਦਾ ਠੀਕ ਹੈ ਜੀ ਸੰਯੁਕਤ ਅਦਿবেশਨ ਲੋਕ ਸਭਾ ਤੇ ਰਾਜ ਸਭਾ ਦਾ ਬੁਲਾਇਆ ਜਾਂਦਾ ਹੈ ਅਗਲਾ ਦੇਖੋ ਜੀ ਉਪਾਦੀਆਂ ਦੀ ਅੰਤ ਉਪਾਦੀਆਂ ਦੀ ਅੰਤ ਕਿਸ ਅਨੁਸ਼ੇਦ ਨਾਲ ਕੀਤੀ ਜਾਂਦੀ ਹੈ ਤਾਂ ਉਪਾਦੀਆਂ ਦੀ ਅੰਤ ਕਿਸ ਅਨੁਸ਼ੇਦ ਨਾਲ ਕੀਤੀ ਜਾਂਦੀ ਹੈ অপਸ਼ਨ ਨੰਬਰ ਏ ਅਨੁਸ਼ੇਦ 18 অপਸ਼ਨ ਨੰਬਰ ਬੀ ਅਨੁਸ਼ੇਦ 20 অপਸ਼ਨ ਨੰਬਰ ਸੀ ਅਨੁਸ਼ੇਦ 28 অপশন নাম্বার ডি ਤਾਂ অনুচ্ছেদ 19 ਤਾਂ ਇਹਦਾ ਆਪਣਾ ਰਾਈਟ ਆਨਸਰ ਕਿਹੜਾ ਜੀ ਤਾਂ ਰਾਈਟ ਆਨਸਰ ਹੈ ਜੀ অপশন ਨੰਬਰ ਏ অপশন ਨੰਬਰ ਏ ਏ ਦੀ ਗੱਲ ਕੀਤੀ ਗਈ ਹੈ ਤਾਂ ਏ ਕੀ ਕਹਿੰਦਾ ਜੀ অপশন ਨੰਬਰ ਏ ਦੇਖੋ 18 ਇਹ ਕੀ ਕਰਦਾ ਜੀ ਉਪਾਦੀਆਂ ਦੀ ਉਪਾਦੀਆਂ ਦਾ ਅੰਤ ਕਰਦਾ ਜੀ ਕਾਹਦਾ ਕਰਦਾ ਅੰਤ ਠੀਕ ਹੈ ਜੀ ਉਪਾਦੀਆਂ ਕਿਵੇਂ ਹੋ ਗਈਆਂ ਜੇ ਕੋ ਆਪਾਂ ਗੱਲ ਕਰੀਏ ਥੋੜਾ ਬੈਕ ਚਲੀਏ ਜਿਵੇਂ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਮਹਾਤਮਾ ਗਾਂਧੀ ਹੋਗੇ ਉਹਨੂੰ ਕੇਸਰੀ ਹਿੰਦੀ ਦੀ ਉਪਾਦੀ ਦਿੱਤੀ ਗਈ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਰਵਿੰਦਰਨਾਥ ਟੈਗੋਰ ਹੋ ਗਏ ਉਹਨਾਂ ਨੂੰ ਉਪਾਦੀ ਵਗੈਰਾ ਦਿੱਤੀਆਂ ਗਈਆਂ ਸੀ ਨਾਈਟ ਹੁੱਡ ਦੀ ਠੀਕ ਹੈ ਇਦਾਂ ਦੀਆਂ ਉਪਾਦੀਆਂ ਨੂੰ ਅੰਤ ਕਦੋਂ ਕੀਤਾ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋ ਗਿਆ ਨਾ ਉਸ ਤੋਂ ਬਾਅਦ ਕੋਈ ਵੀ ਵਿਅਕਤੀ ਉਪਾਦੀਆਂ ਵਗੈਰਾ ਨਹੀਂ ਲੈ ਸਕਦਾ ਠੀਕ ਹੈ ਜੀ ਤਾਂ ਜਿਵੇਂ ਵਕੇਡੀਅਰ ਵਗੈਰਾ ਹੋ ਗਏ ਮਾਸਟਰ ਵਗੈਰਾ ਹੋ ਗਏ ਜਾਂ ਇੰਜੀਨੀਅਰ ਵਗੈਰਾ ਹੋ ਗਏ ਤਾਂ ਇਹ ਕੀ ਹੋ ਜਾਣਗੇ ਇਹ ਇੱਕ ਰੈਂਕ ਹੋ ਜਾਣਗੇ ਇਹ ਡਿਫੈਂਸ ਦੇ ਖੇਤਰ ਵਿੱਚ ਰੈਂਕ ਚੱਲ ਸਕਦੇ ਲੇਕਿਨ ਉਹਨਾਂ ਨੂੰ ਉਪਾਦੀਆਂ ਨਹੀਂ ਮੰਨੀਆਂ ਜਾਂਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਪਤਾ ਲੱਗ ਗਿਆ ਜੀ ਆਰਟੀਕਲ 19 ਆਪਾਂ ਪਿੱਛੇ ਠੀਕ ਹੈ ਜੀ ਕੁੰਮਣ ਫਿਰਨ ਦੀ ਸੁਤੰਤਰਤਾ ਆਰਟੀਆ ਦੀ ਸੁਤੰਤਰਤਾ ਬੋਲਣ ਦੀ ਸੁਤੰਤਰਤਾ ਕਿੱਥੇ ਵੀ ਵਸ ਜਾਣ ਦੀ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ ਤੇ ਆਰਟੀਕਲ 20 ਕੀ ਕਹਿੰਦਾ ਜੀ 20 ਦੇ ਵਿੱਚ ਚਰਚਾ ਕੀਤੀ ਗਈ ਹੈ ਵੀ ਆ ਦੋ ਦੋਸਤ ਸਿੱਧੀ ਬਾਰੇ ਜੇ ਅੱਜ ਦੇ ਟਾਈਮ ਕੋਈ ਅਪਰਾਧ ਕਰ ਦਿੰਦਾ ਹੈ ਅੱਜ ਦੇ ਟਾਈਮ ਜੋ ਵੀ ਸਜ਼ਾ ਹੈ ਉਹ ਸਜ਼ਾ ਦੇ ਉੱਤੇ ਹੀ ਉਸ ਨੂੰ ਸਜ਼ਾ ਵਗੈਰਾ ਪ੍ਰੋਵਾਈਡ ਕਰਵਾਈ ਜਾਊਗੀ ਜੋ ਵੀ ਅਪਰਾਧ ਕਰਦਾ ਅਜਿਹੇ ਟਾਈਮ ਦੇ ਵਿੱਚ ਠੀਕ ਹੈ ਜੀ ਆਪਣਾ ਲਾਸਟ ਕੁਐਸਚਨ ਹੈ ਜੀ ਅੱਜ ਦਾ ਲਾਸਟ ਕੁਐਸਚਨ ਕੀ ਹੈ ਜੀ ਐਨ ਆਰ ਆਈ ਦਾ ਜ਼ਿਕਰ ਕਿਸ ਅਨੁਸ਼ੇਦ ਵਿੱਚ ਕੀਤਾ ਗਿਆ ਮਤਲਬ ਪ੍ਰਵਾਸੀ ਭਾਰਤੀ ਦਿਵਸ ਪ੍ਰਵਾਸੀ ਭਾਰਤੀ ਦਿਵਸ ਦੀ ਚਰਚਾ ਕਿਸ ਅਨੁਛੇਦ ਵਿੱਚ ਕੀਤੀ ਗਈ ਹੈ? ਉਹ ਆਰਟੀਕਲ ਚੈੱਕ ਕਰੋ ਜੀ ਆਰਟੀਕਲ ਨੰਬਰ 7 ਆਰਟੀਕਲ ਨੰਬਰ 9 ਆਰਟੀਕਲ ਨੰਬਰ 10 ਤੇ ਆਰਟੀਕਲ ਨੰਬਰ ਓ ਸੋਰੀ ਆਰਟੀਕਲ ਨੰਬਰ 8 ਤੇ ਆਰਟੀਕਲ ਨੰਬਰ 10 ਤਾਂ ਆਪਣਾ ਇਹਦਾ ਰਾਈਟ ਆਨਸਰ ਕਿਹੜਾ ਹੈ ਜੀ ਤਾਂ ਰਾਈਟ ਆਨਸਰ ਹੈ ਜੀ ਆਰਟੀਕਲ ਨੰਬਰ 9 ਆਰਟੀਕਲ 9 ਦੇ ਵਿੱਚ ਕਾ ਦੀ ਚਰਚਾ ਕੀਤੀ ਗਈ ਐ? ਐਨ ਆਰ ਆਈ ਪ੍ਰਵਾਸੀ ਭਾਰਤੀ ਨਾਗਰਿਕ ਪ੍ਰਵਾਸੀ ਭਾਰਤੀ ਨਾਗਰਿਕ ਦੀ ਚਰਚਾ ਕਿਸ ਆਰਟੀਕਲ ਆਰਟੀਕਲ ਨੰਬਰ 9 ਦੇਖੋ ਜਿਹੜੇ ਭਾਰਤ ਤੋਂ ਬਾਹਰ ਵਿਅਕਤੀ ਰਹਿ ਰਹੇ ਆ ਜੇ ਮਨ ਕੇ ਚਲੋ ਕੋਈ ਅਮਰੀਕਾ ਗਿਆ ਕੋਈ ਕੈਨੇਡਾ ਗਿਆ ਕੋਈ ਆਸਟ੍ਰੇਲੀਆ ਗਿਆ ਕੰਮ ਦੇ ਕੰਮ ਦੇ ਵਾਸਤੇ ਠੀਕ ਹੈ ਜੀ ਕੋਈ ਕੰਮ ਵਾਸਤੇ ਗਿਆ ਕੋਈ ਜੋਬ ਵਗੈਰਾ ਲੱਗ ਗਿਆ ਤਾਂ ਉਹਨਾਂ ਦੀ ਨਾਗਰਿਕਤਾ ਬਣੀ ਰਹੂਗੀ ਉਹ ਕਿਸ ਆਰਟੀਕਲ ਤਹਿਤ ਹੈ ਜੀ ਆਰਟੀਕਲ 9 ਦੇ ਤਹਿਤ ਠੀਕ ਹੈ ਜੀ 9 ਤੱਕ ਉਦੋਂ ਤੱਕ ਕਿ ਜਦੋਂ ਤੱਕ ਉਹ ਉੱਥੋਂ ਦੀ ਨਾਗਰਿਕਤਾ ਨਹੀਂ ਲੈ ਲੈਂਦੇ ਠੀਕ ਹੈ ਜਿੱਦ ਦਿਨ ਭਾਰਤ ਵਿੱਚ ਕੋਈ ਵਿਅਕਤੀ ਕੰਮ ਕਰਨ ਗਿਆ ਭਾਵੇਂ 10 ਸਾਲ ਰਹਿ ਰਿਹਾ 7 ਸਾਲ ਰਹਿ ਲੇਕਿਨ ਉਹਨਾਂ ਨੇ ਕੀ ਹੋ ਗਿਆ ਉੱਥੋਂ ਦੀ ਨਾਗਰਿਕਤਾ ਲੈ ਲਈ ਤਾਂ ਉਹਨਾਂ ਦੀ ਨਾਗਰਿਕਤਾ ਕੀ ਹੋ ਜੂਗੀ ਜੀ ਖਤਮ ਹੋ ਜੂਗੀ ਭਾਰਤ ਵਿੱਚ ਠੀਕ ਹੈ ਆ ਮਦਾਸ ਇਹ ਕਹਿੰਦਾ ਵੀ ਪਰਦੇ ਨਾਰਿਕਾਂ ਦੀ ਨਾ ਲੋਕਾਂ ਦੀ ਨਾਗਰਤਾ ਉਦੋਂ ਤੱਕ ਬਣੀ ਰਹੂਗੀ ਜਦੋਂ ਤੱਕ ਉਹ ਕੋਈ ਅਪਰਾਧ ਵਗੈਰਾ ਨਹੀਂ ਕਰਦੇ ਠੀਕ ਹੈ ਜੀ ਤੇ ਇਦਾਂ ਦੇ ਆਰਟੀਕਲ ਪਤਾ ਲੱਗਿਆ ਆਰਟੀਕਲ 9 ਤੇ ਇੱਕ ਕੱਲ ਆਪਾਂ ਕੁਐਸਚਨ ਕੀਤਾ ਸੀਗਾ ਪ੍ਰਵਾਸੀ ਭਾਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਜਾਂ ਐਨ 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 ਆਰ ਆਈ ਡੇ ਕਦੋਂ ਮਨਾਇਆ ਜਾਂਦਾ ਤਾਂ ਇਹ 9 ਜਨਵਰੀ ਮਨਾਇਆ ਜਾਂਦਾ ਜੀ ਕੱਲ ਆਪਾਂ ਕੁਐਸਚਨ ਵੀ ਕੀਤਾ ਹੋਣਾ ਕੀਤਾ ਸੀਗਾ ਤਾਂ ਐਨ ਕਦੋਂ ਮਨਾਇਆ ਜਾਂਦਾ ਤੇ 9 ਜਨਵਰੀ ਨੂੰ ਜਾਂ 9 ਜਨਵਰੀ ਉਸ ਦਿਨ ਮਹਾਤਮਾ ગાંધી ਜੀ ਆਫਰੀਕਾ ਤੋਂ ਸਾਊਥ ਅਫਰੀਕਾ ਤੋਂ ਭਾਰਤ ਵਿੱਚ ਵਾਪਸ ਆਏ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਹਰੇਕ ਸਾਲ 9 ਜਨਵਰੀ ਨੂੰ ਐਨਆਰਆਈ ਦਿਵਸ ਮਨਾਇਆ ਜਾਂਦਾ ਹੈ ਤੇ ਇਹ ਸੀਗਾ ਅੱਜ ਆਪਣਾ ਲਾਸਟ ਕੁਐਸਚਨ ਠੀਕ ਹੈ ਆਈ ਹੋਪ ਤੁਹਾਨੂੰ ਬਹੁਤ ਵਧੀਆ ਕਲਾਸ ਲੱਗੀ ਹੋਣੀ ਹੈ ਠੀਕ ਹੈ ਜੀ ਜਿਹੜੇ ਬੱਚੇ ਸਾਡੇ ਨਾਲ ਟੈਲੀਗ੍ਰਾਮ ਤੇ ਜੁੜਨਾ ਚਾਹੁੰਦੇ ਆ ਉਹ ਸਿੱਖਿਆ ਐਫ ਐਮ ਦਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਆ ਥੈਂਕ ਯੂ ਅੱਜ ਦੀ ਕਲਾਸ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ